ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਪਾਂ ਕੁਇਕ ਕ੍ਰੀਜ਼ਨ ਕਰਾਂਗੇ ਜਿਹੜੇ ਕਿ ਸ਼ਾਰਟ ਕੁਐਸਚਨਸ ਦੀ ਸੋ ਪਹਿਲਾਂ ਤਾਂ ਮੈਂ ਇਹ ਕੁਐਸਚਨ ਕਲੀਅਰ ਕਰਨਾ ਚਾਹੁੰਦੀ ਆ ਕਿ ਜਿਹੜਾ ਇਹ ਵਾਲਾ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਰੋਂਗ ਹੋ ਗਿਆ ਜਿਹਦੇ ਵਿੱਚ ਆਪਾਂ ਨੇ 4 ਮਾਡਲ ਟੈਸਟ ਪੇਪਰ ਕੀਤੇ ਸੀ ਕਿ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਗੀ ਦਿਲਚਸਪੀ ਕਿਸ ਨੇ ਪਵਾਈ ਸੀ ਤਾਂ ਲਾਲਾ ਕੁੰਦਨ ਲਾਲ ਨੇ ਆਊਗਾ ਲਾਲਾ ਕੁੰਦਨ ਲਾਲ ਲਾਲਾ ਕੁੰਦਨ ਲਾਲ ਇਹਦਾ ਕਰੈਕਟ ਸਹੀ ਹੈ ਆਨਸਰ ਹੈ ਤੇ ਇੱਕ ਹੋਰ ਸੀ ਕੁਐਸਚਨ ਤੇ ਜਿਹੜਾ ਇਹ ਟ्रू ਫਾਲਸੀ ਸਟੂਡੈਂਟਸ ਕੀ ਲੋਕਧਾਰਾ ਵਿੱਚ ਲੋਕਧਾਰਾ ਨੂੰ ਇਕੱਤਰ ਕਰਨ ਵਿੱਚ ਲੇਖਕ ਨੂੰ ਬਹੁਤ ਸਾਰੀ ਸਮਗਰੀ ਸਰਨਾਰਥੀਆਂ ਤੋਂ ਮਿਲੀ ਤਾਂ ਇਹ ਟ्रू ਆ ਠੀਕ ਹੈ ਤੁਸੀਂ ਕਹਿ ਰਹੇ ਹੋ ਫਾਲਸ ਇਹ ਟ्रू ਆ ਸਟੂਡੈਂਟਸ ਕਿਉਂਕਿ ਦੇਖੋ ਜਿਹੜੀ ਤੁਹਾਡੀ ਬੁੱਕ ਹੈ ਆਪ ਬੀਤੀਆਂ ਵਾਲੀ ਠੀਕ ਹੈ ਉਸ ਬੁੱਕ ਦੇ ਵਿੱਚ ਦੇਖੋ ਉਸ ਬੁੱਕ ਦੇ ਵਿੱਚ ਲਿਖਿਆ ਲੋਕਧਾਰਾ ਨੂੰ ਇਕੱਤਰ ਕਰਨ ਵਿੱਚ ਮੈਨੂੰ ਬਹੁਤੀ ਸਮਗਰੀ ਸਰਨਾਰਥੀਆਂ ਤੋਂ ਮਿਲੀ ਉਦੋਂ ਮੈਂ ਦਿੱਲੀ ਦੇ ਵਿੱਚ ਸੀਤਾਰਾਮ ਬਾਜ਼ਾਰ ਦੇ ਪਿੱਛੇ ਗਲੀ ਕਾਲੀ ਮਸਜਿਦ ਦੇ ਵਿੱਚ ਰਹਿੰਦਾ ਸੀ ਤਾਂ ਇਹਦੇ ਅਕੋਰਡਿੰਗ ਆਪਣਾ ਆਨਸਰ ਟ्रू ਜਾਊਗਾ ਠੀਕ ਹੈ ਇਹ ਟ्रू ਆ ਇਸ ਸਹੀ ਆਨਸਰ ਹਾਂਜੀ ਸ਼ੇਖ ਫਰੀਦ ਜੀ ਦੇ ਦਿਲ ਮੁਹੱਬਤ ਜਿੰਨ ਸਹੀ ਸੱਚਾ ਸ਼ਲੋਕ ਦੇ ਵਿੱਚ ਪਰਮਾਤਮਾ ਤੋਂ ਖੈਰ ਵਿੱਚ ਕੀ ਮੰਗਿਆ ਜਾਂਦਾ ਤਾਂ ਬੰਦਗੀ ਦੀ ਖੈਰ ਮੰਗੀ ਜਾਂਦੀ ਆ ਸ਼ੇਖ ਫਰੀਦ ਦੇ ਸ਼ਲੋਕ ਅਨਸਾਰ ਜਿਉਂਦੇ ਮਨੁੱਖ ਦੇ ਪੈਰਾਂ ਹੇਠ ਅਤੇ ਮਨੁੱਖ ਦੇ ਮਰਨ ਉਪਰੰਤ ਕਿਹੜੀ ਚੀਜ਼ ਹੁੰਦੀ ਹੈ ਖਾਕ ਜਾਂ ਮਿੱਟੀ ਠੀਕ ਹੈ ਫਰੀਦਾ ਦੇ ਵਿਸਗੰਦਲ ਧਰਿਆ ਖੰਡ ਲਿਵਾਰਡ ਸ਼ਲੋਕ ਵਿੱਚ ਲਿਵਾਰਡ ਵਿੱਚ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਵਿਸਗੰਦਲ ਕਿਹਨੂੰ ਕਿਹਾ ਤਾਂ ਸੰਸਾਰਿਕ ਪਦਾਰਥਾਂ ਨੂੰ ਕਿਹਾ ਫਰੀਦ ਜੀ ਕਪਾਹ ਤਿਲ ਕਮਾਦ ਕਾਗਜ਼ ਤੇ ਮਿੱਟੀ ਦੀ ਹਾਂਡੀ ਹਾਲਤ ਤੋਂ ਕਿਹੜੇ ਕਮਾ ਤੋਂ ਚੇਜ਼ ਕਰਦੇ ਨੇ ਮੰਦੇ ਅਮਲਾਂ ਤੋਂ ਅਗਿਆ ਫਰੀਦਾ ਕਿੱਥੇ ਤੰਡੇ ਮਾਪਿਆ ਜਿਨੀ ਤੂੰ ਜਾਣ ਸਲੋਕ ਦਾ ਸੰਬੰਧ ਸੰਸਾਰਿਕ ਨਾਸ਼ਮਾਨਤਾ ਨਾਲ ਥੋੜਾ ਮੈਂ ਫਾਸਟ ਬੋਲੂਗੀ ਸ਼ੇਖ ਫਰੀਦ ਜੀ ਅਨਸਾਰ ਸਰੀਰ ਨੂੰ ਨਿਰੋਗ ਰੱਖਣ ਲਈ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ ਤਾਂ ਮਨ ਦੇ ਵਿੱਚ ਗੁੱਸਾ ਨਾ ਰੱਖਣ ਵਾਲਾ ਮਨ ਦੇ ਵਿੱਚ ਗੁੱਸਾ ਨਾ ਰੱਖਣ ਵਾਲਾ ਗੁਣ ਧਾਰਨ ਕਰਨਾ ਚਾਹੀਦਾ ਫਰੀਦ ਜੀ ਫਰੀਦਾ ਦਰ ਦਰਵਾਜੇ ਜਾ ਕੇ ਕਿਉ ਡਿੱਠੋ ਕੜਿਆਲ ਸਲੋਕ ਦੇ ਵਿੱਚ ਕੜਿਆਲ ਦੇ ਉਦਾਹਰਣ ਕਿਹੜੀ ਗੱਲ ਤੋਂ ਸੁਚੇਤ ਕਰਦੀ ਹੈ ਗੁਨਾਹ ਕਰਨ ਤੋਂ ਵੀ ਆਪਾਂ ਨੂੰ ਕੋਈ ਗੁਨਾਹ ਨਹੀਂ ਕਰਨਾ ਚਾਹੀਦਾ ਹੈਗਾ ਉੱਚੇ ਚੜ ਚੜ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਅਗ 17 ਦੇ ਵਿੱਚ ਉੱਚੇ ਚੜ ਕੇ ਤੋਂ ਕੀ ਭਾਵਾ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਦੇਖਣਾ ਤੇ ਕੁਝ ਹੋਰ ਕੁਐਸਚਨ ਜਿਵੇਂ ਫਰੀਦ ਦੇ ਕਿਹੜੇ ਕਿਹੜੇ ਰਚਨਾਵਾਂ ਨੇ ਦਿਲ ਮੁਹੱਬਤ ਜਿੰਨ ਸਹੀ ਸੱਚਿਆ ਠੀਕ ਹੈ ਇੱਕ ਇਹ ਆ ਤਾਂ ਫਰੀਦ ਜੀ ਮਨੁੱਖ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜੀ ਚੀਜ਼ ਧਾਰਨ ਕਰਨ ਲਈ ਕਹਿੰਦੇ ਨੇ ਤਾਂ ਨਿਮਰਤਾ ਧਾਰਨ ਕਰਨ ਲਈ ਕਹਿੰਦੇ ਨੇ ਫਰੀਦ ਜੀ ਨਿਮਰਤਾ ਤੇ ਸੱਚ ਕਿਹਨੂੰ ਕਿਹਾ ਗਿਆ ਸ਼ੇਖ ਫਰੀਦ ਜੀ ਨੇ ਸੱਚ ਕਿਹਨੂੰ ਕਿਹਾ ਸੱਚ ਕਿਹਨੂੰ ਕਿਹਾ ਤਾਂ ਉਹ ਕਿਹਾ ਪਰਮਾਤਮਾ ਨੂੰ ਸੱਚ ਪਰਮਾਤਮਾ ਨੂੰ ਕਿਹਾ ਤੇ ਸ਼ੇਖ ਫਰੀਦ ਜੀ ਨੇ ਪਰਵਰ ਕਰਦਾ ਪਰਵਰ ਕਰਦਾ ਅਪਾਰ ਅੰਗਮ ਬੇਅੰਤ ਬਖਸ਼ਣਹਾਰ ਕਿਨੂੰ ਕਿਹਾ ਪਰਮਾਤਮਾ ਨੂੰ ਕਿਹਾ ਠੀਕ ਹੈ ਕਿਨੂੰ ਕਿਹਾ ਪਰਮਾਤਮਾ ਨੂੰ ਕਿਹਾ ਤੇ ਉਹ ਮਨੁੱਖ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਧਾਨ ਹੈ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਡੈਸ਼ ਲਾਉਂਦਾ ਹੈ ਤਾਂ ਡੈਸ਼ ਕੀ ਲਾਉਂਦਾ ਲੜ ਲਾਉਂਦਾ ਹੈ ਜਿਨ੍ਹਾਂ ਨੂੰ ਆਪਣੇ ਲੜ ਲਾਉਂਦਾ ਹੈ ਉਹ ਜਿਹੜਾ ਕਿ ਧਾਨ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਆਪਣਾ ਅੱਗੇ ਕੁਐਸਚਨ ਹੈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਆਪ ਲਾਉਂਦਾ ਹੈ ਉਹਨਾਂ ਦਾ ਇਸ ਦੁਨੀਆ ਉੱਤੇ ਆਉਣਾ ਡੈਸ਼ ਜਨਮ ਹੈ ਤਾਂ ਉਹਨਾਂ ਦਾ ਸਫਲ ਜਨਮ ਹੈ ਸਫਲ ਸਫਲ ਜਨਮ ਹੈ ਇਸ ਤੋਂ ਇਲਾਵਾ ਕੁਝ ਹੋਰ ਕੁਐਸਚਨਸ ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ ਉਹ ਰੱਬ ਦੇ ਦਰ ਤੋਂ ਕਿਸ ਚੀਜ਼ ਦੀ ਖਾਰ ਮੰਗਦੇ ਨੇ ਤਾਂ ਇਹ ਤਾਂ ਹੋ ਗਿਆ ਬੰਦਗੀ ਦੀ ਖਾਰ ਮੰਗਦੇ ਨੇ ਤੇ ਫਰੀਦ ਜੀ ਨੇ ਸੰਸਾਰਿਕ ਪਦਾਰਥਾਂ ਦੀ ਖੇਤੀ ਕਰਨ ਨਾਲੋਂ ਕਿਹੜੀ ਗੱਲ ਵੱਲ ਤਰਜੀਹ ਦਿੱਤੀ ਹੈ ਕਿ ਨੇਕ ਕੰਮਲ ਕਰੋ ਚੰਗੇ ਕਰਮ ਕਰੋ ਚੰਗੇ ਅਮਲ ਕਰੋ ਠੀਕ ਹੈ ਤੇ ਹੋਰ ਕੁਐਸਚਨਸ ਨੇ ਜਿਵੇਂ ਕੀ ਫਰੀਦ ਜੀ ਅਸਾਰ ਬੁਰੇ ਦਾ ਭਲਾ ਕਰਨ ਤੇ ਮਨ ਵਿੱਚ ਗੁਸਾ ਨਾ ਰੱਖਣਾ ਦੇਹੀ ਉੱਪਰ ਕੀ ਅਸਰ ਪਾਉਂਦਾ ਦੇਹੀ ਅਰੋਗ ਰਹਿੰਦੀ ਹੈ ਤੇ ਜੀਵ ਇਸਤਰੀ ਕਿਸ ਨੂੰ ਵਸ ਕਰਨਾ ਚਾਹੁੰਦੀ ਹੈ ਪਰਮਾਤਮਾ ਰੂਪੀ ਪਤੀ ਨੂੰ ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਆਪਾਂ ਸਾਰੇ ਜੀਵ ਕੀ ਆ ਆਪਾਂ ਜਿਹੜੇ ਕਿ ਫੀਮੇਲ ਆ ਤਾਂ ਆਪਣਾ ਪਤੀ ਕੀ ਆ ਸਬਦਾ ਸਬਦਾ ਪਤੀ ਪਰਮੇਸ਼ਰ ਕੀ ਆ ਹੈ ਪਰਮਾਤਮਾ ਜਿਹਨੂੰ ਰਾਜਾ ਕਿਹਾ ਗਿਆ ਸੂਫੀਆਂ ਦੇ ਵਿੱਚ ਤੇ ਫਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਖਰਤਾਰਨ ਲਈ ਕਰਨ ਲਈ ਕਹਿੰਦੇ ਨੇ ਨਿਮਰਤਾ ਦਾ ਤੇ ਜੀਵ ਇਸਤਰੀ ਨੂੰ ਕਿਹੜਾ ਗੁਣ ਧਾਰਨ ਗੁਣ ਸਹਿਣਸ਼ੀਲਤਾ ਦਾ ਗੁਣ ਸ਼ਹਿਨਸ਼ੀਲਤਾ ਦਾ ਠੀਕ ਹੈ ਇੱਕ ਕੁਇਕ ਰਿਵੀਜ਼ਨ ਆ ਕਿ ਫਟਾਫਟ ਤੇ ਫਰੀਦ ਜੀ ਅਨਸਾਰ ਘਰ ਘਰ ਕਾਦੀ ਅੱਗ ਲੱਗੀ ਹੋਈ ਦਿਖਦੀ ਆ ਮੌਤ ਦੀ ਤੇ ਫਰੀਦ ਜੀ ਅਨਸਾਰ ਸੰਸਾਰ ਕਿਸ ਚੀਜ਼ ਨਾਲ ਭਰਿਆ ਪਿਆ ਦੁੱਖਾਂ ਦੇ ਨਾਲ ਭਰਿਆ ਹੋਇਆ ਤੇ ਫਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਸ਼੍ਰੋਮਣੀ ਮੰਤਰ ਸ਼੍ਰੋਮਣੀ ਮੰਤਰ ਸ਼੍ਰੋਮਣੀ ਮੰਤਰ ਧਾਰਨ ਕਰਨ ਲਈ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਮਿੱਠਾ ਬੋਲਣ ਦਾ ਮਿੱਠਾ ਬੋਲਣ ਦਾ ਮਿੱਠਾ ਬੋਲਣ ਦਾ ਸ਼੍ਰੋਮਣੀ ਠੀਕ ਹੈ ਫਰੀਜੀ ਦਾ ਜਨਮ ਹੋਇਆ 1173 ਦੇ ਵਿੱਚ 1173 ਦੇ ਵਿੱਚ ਕਿੱਥੇ ਹੋਇਆ ਖੋਤਵਾਲ ਦੇ ਵਿੱਚ ਭਾਸ਼ਾ ਕਿਹੜੀ ਹੈ ਮਲਤਾਨੀ ਆ ਤੇ ਕਿੰਨੇ 112 ਸ਼ਲੋਕ ਰਚੇ ਨੇ 112 ਫਰੀਜੀ ਨੇ ਸ਼ਲੋਕ ਰਚੇ ਨੇ ਤੇ ਚਾਰ ਸ਼ਬਦ ਦੋ ਰਗ ਆਸਾ ਦੋ ਰਗ ਸੋਹੀ ਦੇ ਵਿੱਚ ਅਗੇ ਬਜੀਦ ਦਾ ਇਹ ਯਾਦ ਰੱਖਣਾ ਤੁਸੀਂ ਕਿ ਬਜੀਦ ਦੀ ਜਿਹੜੀ ਸਾਰੀ ਰਚਨਾ ਕਿੰਨਾਂ ਦੇ ਵਿੱਚ ਮਿਲਦੀ ਹੈ ਸ਼ਲੋਕਾਂ ਦੇ ਵਿੱਚ ਮਿਲਦੀ ਆ ਤੇ ਇਹ ਕਿਹੜੇ ਛੰਦ ਵਰਤੇ ਨੇ ਅੜਿਲ ਤੇ ਦੋਰਾ ਛੰਦ ਵਰਤੇ ਨੇ ਕਿਉਂਕਿ ਸ਼ਾਰਟ ਕੁਐਸਚਨ ਦੇ ਕਿਤੇ ਵੀ ਘੁਮਕਿਆ ਸਕਦਾ ਕੁਐਸਚਨ ਆ ਤੇ ਕੋਣ ਸਾਹਿਬ ਨੂੰ ਆਕੇ ਇੰਜਨੀ ਅਜਗਰ ਇਹ ਕੌਣ ਕਹਿੰਦਾ ਇਹ ਜਿਹੜੇ ਕੀ ਬਜੀਦ ਦੀ ਰਚਨਾ ਦਾ ਹੈ ਤੇ ਇਹਦੀ ਬੋਲੀ ਕਿਹੜੀ ਆ ਠੇਠ ਪੰਜਾਬੀ ਆ ਤੇ ਬਾਕੀ ਜੋ ਮੈਂ ਹਾਈਲਾਈਟ ਕੀਤਾ ਇਹਨੂੰ ਤੁਸੀਂ ਜਸਟ ਰੀਡ ਕਰ ਲਓ ਚੋਰਾਂ ਦੇ ਘਰ ਵਗ ਜੂ ਮਾਨਸ ਕਹਿੰਦੇ ਤੁੱਕ ਕੀ ਸੂਫੀ ਸ਼ਾਇਰ ਦੇ ਤਾਂ ਉਹ ਬਜੀਦ ਦੀ ਆ ਤੇ ਬਜੀਦ ਜੀ ਦੇ ਸ਼ਲੋਕ ਅਨਸਾਰ ਨਿੰਮ ਕਿਸ ਚੀਜ਼ ਚੀਜ਼ ਦੇ ਵਿੱਚ ਸਿੰਜਣ ਦੇ باوجود ਮਿੱਠੀ ਨਹੀਂ ਹੁੰਦਾ ਗੁੜ ਤੇ ਘਿਓ ਦੇ ਵਿੱਚ ਗੁੜ ਤੇ ਘਿਓ ਦੇ ਵਿੱਚ ਵੀ ਜੇ ਆਪਾਂ ਨਿੰਮ ਨੂੰ ਪਾ ਦਾਂਗੇ ਤਾਂ ਵੀ ਉਹ ਮਿੱਠਾ ਨਹੀਂ ਹੁੰਦਾ ਇਕਣਾ ਦੇ ਤੁਨ ਪੱਲੇ ਸ਼ਾਹ ਸ਼ਾਹਿੰਦੇ ਸ਼ਲੋਕ ਵਿੱਚ ਜ਼ਿਕਰ ਕੀਤਾ ਅਮੀਰੀ ਤੇ ਗਰੀਬੀ ਦਾ ਵਜੀਦ ਨੇ ਆਪਣੇ ਸ਼ਲੋਕਾਂ ਵਿੱਚ ਸਾਹਿਬ ਕਿਹਨੂੰ ਆਖਿਆ ਪ੍ਰਮਾਤਮਾ ਨੂੰ ਰੱਬ ਨੂੰ ਆਖਿਆ ਇਹਨੂੰ ਆਖਿਆ ਰੱਬ ਨੂੰ ਵਜੀਦ ਜੀ ਨਾਲ ਖੁਦੀ ਕਰਗੁਮਾਨ ਜਵਾਨ ਮਰ ਜਾਏਗਾ ਲੋਕ ਵਿੱਚ ਜਵਾਨਾਂ ਨੂੰ ਕੀ ਸਨੇਹ ਦੰਦਾਂ ਨੇ ਸ਼ਲੋਕ ਦੇ ਵਿੱਚ ਖੁਦੀ ਗੁਮਾਨ ਤਿਆਗ ਦਾ ਭਾਵ ਕਿ ਓਵਰ ਕੌਨਫੀਡੈਂਸ ਹੰਕਾਰ ਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਾ ਸ਼ਲੋਕ ਵਿੱਚ ਵਜੀਦ ਜੀ ਇਸ ਕਿਸ ਬਾਰੇ ਵਿਅੰਗਾ ਸਮਾਜਿਕ ਅਨਿਆਏ ਬਾਰੇ ਕਿਹਦੇ ਵਿੱਚ ਸਮਾਜਿਕ ਅਨਿਆਏ ਬਾਰੇ ਅਗਲਾ ਹੈ ਮਾਇਆ ਰਸ ਲੱਗ ਭੁੱਲੇ ਮੌਤ ਨਹੀਂ ਸੁੰਝੀ ਇਸ ਲੋਕੀ ਵਿੱਚ ਵਜੀਤ ਜੀ ਮਨੁੱਖ ਨੂੰ ਕਿਸ ਦਾ ਨਾਂ ਹੀਰ ਦੇ ਵਿੱਚ ਧਿਆਨ ਲਈ ਕਹਿੰਦੇ ਨੇ ਤਾਂ ਰੱਬ ਦਾ ਨਾਂ ਅੱਗੇ ਕੁਐਸਚਨ ਜਿਵੇਂ ਵਜੀਤ ਜੀ ਅਨਸਾਰ ਕਿਸ ਨੂੰ ਉਸ ਦੀ ਮਰਜ਼ੀ ਤੋਂ ਰੋਕਿਆ ਨਹੀਂ ਜਾ ਸਕਦਾ ਮੋੜਿਆ ਨਹੀਂ ਜਾ ਸਕਦਾ ਤਾਂ ਰੱਬ ਨੂੰ ਰੱਬ ਨੂੰ ਮੋੜਿਆ ਨਹੀਂ ਜਾ ਸਕਦਾ ਤੇ ਰੱਬ ਦੇ ਭਾਣੇ ਵਿੱਚ ਕਿਹੋ ਜੀਆਂ ਗੱਲਾਂ ਹੁੰਦੀਆਂ ਨੇ ਠੀਕ ਹੈ ਇਹ ਵਜੀਤ ਦੇ ਅਨਸਾਰ ਉਲਟੀਆਂ ਤੇ ਉਸ ਦੇ ਅਨਸਾਰ ਵਜੀਤ ਜੀ ਅਨਸਾਰ ਰੱਬ ਦੇ ਭਾਣੇ ਵਿੱਚ ਕੌਣ ਦੁੱਧ ਮਲਾਈਆਂ ਤੇ ਚੂਰੀਆਂ ਖਾਂਦੇ ਨੇ ਚੋਰ ਤੇ ਵਜੀਦ ਨੇ ਕਿਹੜੇ ਛੰਦ ਵਰਤਨੇ ਅੜੀਲਾ ਪੰਦਾ ਸਿਰਤਾ ਤੇ ਵਜੀਦ ਕਿਸ ਕਾਲ ਦਾ ਹਰਮਨ ਪਿਆਰਾ ਸੀ ਇਹ ਸੂਫੀ ਕਵੀ ਤੇ ਵਜੀਦ ਸੂਫੀ ਕਵੀ ਹੋਇਆ ਕਿਸ ਕਾਲ ਦਾ ਮੱਧ ਕਾਲ ਦਾ ਕਿਸ ਕਾਲ ਦਾ ਮੱਧ ਕਾਲ ਦਾ ਠੀਕ ਆ ਮੱਧ ਕਾਲ ਦਾ ਸੂਫੀ ਕਵੀ ਸੀ ਇਹ ਮੱਧ ਕਾਲ ਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੁਐਸਚਨਸ ਬਣਦੇ ਨੇ ਕਿ ਵਜੀਦ ਦੇ ਅਨਸਾਰ ਕਿਹੜੀ ਚੀਜ਼ ਸਥਿਰ ਹੈ ਸਥਿਰ ਕਿਹੜੀ ਚੀਜ਼ ਆ ਸਥਿਰ ਹੈਗਾ ਰੱਬ ਰੱਬ ਜਿਹੜੇ ਕਿ ਸਥਿਰ ਚੀਜ਼ ਹੈ ਠੀਕ ਹੈ ਬਾਕੀ ਸਾਰੀ ਨਾਸ਼ਵਾਨ ਤੇ ਵਜੀਦ ਦੇ ਅਨਸਾਰ ਕਿਹੜੀ ਚੀਜ਼ ਟਿਕਣ ਵਾਲੀ ਨਹੀਂ ਹੈਗੀ ਧਨ ਤੇ ਜਵਾਨੀ ਤੇ ਵਜੀਦ ਦੇ ਅਨਸਾਰ ਹੈ ਜਿਹੜੇ ਕਿ ਰੱਬ ਦੇ ਭਾਣੇ ਵਿੱਚ ਕੌਣ ਈਮਾਨਦਾਰ ਬਣੇ ਫਿਰਦੇ ਨੇ ਠੱਗ ਠੀਕ ਹੈ ਤੇ ਘੜੀ ਖੜਿਆਲ ਕਿਸ ਗੱਲ ਦੀ ਚਤਾਵਨੀ ਦੰਦੀ ਆ ਫਰੀਦ ਜੀ ਵਜੀਦ ਦੇ ਵਜੀਦ ਦੇ ਵਜੀਦ ਦੇ ਸ਼ਲੋਕਾਂ ਦੇ ਵਿੱਚ ਘੜੀ ਖੜਿਆਲ ਕਿਸ ਦੀ ਜਿਹੜੀ ਕਿ ਸੂਚਨਾ ਦੰਦੀ ਆ ਤਾਂ ਉਹ ਦੰਦੀ ਆ ਵੀ ਮੌਤ ਨੇੜੇ ਆ ਰਹੀ ਹੈ ਕਿ ਮੌਤ ਨੇੜਿਆ ਅਗਲੇ ਕੁਐਸ਼ਨਸ ਅਗੇ ਸ਼ਾਹ ਸ਼ੇਨ ਜਿਹਨੂੰ ਸੂਫੀ ਦੇ ਵਿੱਚ ਜਿਹੜੇ ਕਿ ਕਾਫੀਆਂ ਦਾ ਮੋਢੀ ਆ ਤੇ ਇਹਦੀ ਰਚਨਾ ਰਾਗਾਂ ਦੇ ਵਿੱਚ ਮਿਲਦੀ ਆ ਤੇ ਪ੍ਰਸਿੱਧ ਸੂਫੀ ਕਵੀ ਹੋਇਆ ਤੇ ਇਹਨੇ ਇਹਦਾ ਜਿਹੜੇ ਕਿ ਸੂਫੀ ਪਹਿਲਾ ਸੂਫੀ ਕਵੀ ਹੋਇਆ ਹੈ ਜਿਨ੍ਹਾਂ ਨੇ ਸ਼ਰਾਂ ਦੀਆਂ ਜਿਹੜੀਆਂ ਪਵੰਦੀਆਂ ਤੋਂ ਵਗਾਵਤ ਕੀਤੀ ਆ ਤੇ ਹਮ ਅਸਤ ਮਲੰਗ ਤਬੀਅਤ ਦਾ ਜਿਹੜਾ ਕਿ ਮਾਲਕ ਸੀ ਤੇ ਇਹਦੇ ਆ ਜਿਹੜੇ ਕਿ ਲੈਂਦੀ ਭਾਸ਼ਾ ਦਾ ਪ੍ਰਭਾਵ ਸੀ ਤੇ ਇਹਦੀਆਂ 6 ਕਾਫੀਆਂ ਨੇ ਤੁਹਾਡੀ ਪਾਠ ਪੁਸਤਕ ਦੇ ਵਿੱਚ 6 ਕਾਫੀਆਂ ਨੇ ਜਿਨ੍ਹਾਂ ਦੇ ਵਿੱਚ ਨਿਮਰਤਾ ਗਰੀਬੀ ਅੱਜ ਦੀ ਮਿੱਠਤਾ ਦੇ ਗੁਣਾਂ ਨੂੰ ਧਾਰਨ ਕਰਨ ਲਈ ਇਹਨੇ ਕਿਹਾ ਫਕੀਰਾਨਾ ਨਮਸਤੀ ਦੇ ਵਿੱਚ ਆਪ ਤੋਂ ਬੇਖੁਦਾ ਤੇ ਪ੍ਰਮਾਤਮਾ ਦੇ ਪਾਉਣ ਦਾ ਵਿਚਾਰ ਕਰਦਾ ਇਹ ਤੇ ਇਹਦੇ ਕੁਐਸਚਨਸ ਤੇ ਇੱਥੇ ਤੁਸੀਂ ਥੋੜੇ ਵੀ ਦੇਖ ਸਕਦੇ ਜਿਵੇਂ ਗੌਰ 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 ਕੀ ਹੈ ਕਬਰ ਹੈ ਠੀਕ ਹੈ ਤੇ ਹਲੀਮੀ ਕੀ ਹੈ ਨਿਮਰਤਾ ਇਹ ਤੁਸੀਂ ਸ਼ਬਦ ਅਰਥ ਪੜ੍ਹ ਲਿਆ ਕਰੋ ਕਠਾਲੀ ਮਿੱਟੀ ਦਾ ਬਣਿਆ ਹੋਇਆ ਵਰਤਨ ਆ ਜਿਸ ਵਿੱਚ ਸੁਨਹਿਰਾ ਸੋਨਾ ਚੰਦੀ ਇਹ ਧਾਤਾਂ ਨੂੰ ਢਾਲਦਾ ਇੱਥੇ ਰਹਿਣਾ ਨਹੀਂ ਕਿਹੜੇ ਸੂਫੀ ਕਵੀ ਦੀ ਰਚਨਾ ਤਾਂ ਇਹ ਇੱਥੇ ਰਹਿਣਾ ਨਹੀਂ ਸ਼ਾਹ ਹੁਸੈਨ ਦੀ ਆ ਇਹਦੇ ਬਾਕੀ ਵੀ ਯਾਦ ਹੋਣੇ ਚਾਹੀਦੇ ਨੇ ਬਾਕੀ ਮੈਂ ਬਜੀਦਿਆਂ ਵੀ ਦੁਬਾਰਾ ਬੋਲਦੀਆਂ ਹੋ ਰਹਿ ਗਈਆਂ ਇੱਥੇ ਰਹਿਣਾ ਨਹੀਂ ਸ਼ਾਹ ਹੁਸੈਨ ਦੀ ਆ ਕਹ ਬਾਗੇ ਦੀ ਮੂਲੀ ਵੀ ਸ਼ਾਹ ਹੁਸੈਨ ਦੀ ਹੈ ਤੇ ਮੁਸ਼ਕਲ ਕਟ ਫਕੀਰੀ ਦਾ ਮੁਸ਼ਕਲ ਕਟ ਫਕੀਰੀ ਦਾ ਵੀ ਸ਼ਾਹ ਹੁਸੈਨ ਦੀ ਆ ਰੱਬਾ ਮੇਰੇ ਔਗਣ ਜਿਤਨਾ ਤਰੀ ਰੱਬਾ ਮੇਰੇ ਔਗਣ ਜਿਤਨਾ ਤਰੀ ਇਹ ਵੀ ਸ਼ਾਹ ਹੁਸੈਨ ਦੀ ਹੈ ਤੇ ਇਸ ਤੋਂ ਇਲਾਵਾ ਨਿਮਾਣਿਆਂ ਦੀ ਰੱਬਾ ਰੱਬਾ ਹੋਈ ਹੋਈ ਹੈ ਰੱਬਾ ਰੱਬਾ ਹੋਈ ਰੱਬਾ ਰੱਬਾ ਹੋਈ ਮਤਲਬ ਕੀ ਹੁੰਦਾ ਜੈ ਜੈਕਾਰ ਹੋਈ ਠੀਕ ਹੈ ਨਿਮਾਣਿਆਂ ਦੇ ਰੱਬਾ ਰੱਬਾ ਹੋਈ ਇਹ ਵੀ ਇਹਦਾ ਹੀ ਸ਼ਾਹ ਹੁਸੈਨ ਦਾ ਤੇ ਸ਼ਾਹ ਹੁਸੈਨ ਦਾ ਪਾਵੇਂਗਾ ਦੀਦਾਰ ਸਾਹਿਬ ਦਾ ਇਹ ਵੀ ਸ਼ਾਹ ਹੁਸੈਨ ਦੀ ਹੈ ਠੀਕ ਹੈ ਇਹ ਸਾਰੀਆਂ ਸ਼ਾਹ ਹੁਸੈਨ ਦੀਆਂ ਨੇ ਤੇ ਬਾਗੇ ਦੀ ਮੂਲੀ ਕਿਸ ਸੂਫੀ ਕਵੀ ਦਾ ਜਿਵੇਂ ਸ਼ਾਹ ਹੂਸੈਨ ਦੀ ਐਵੇਂ ਤੁਹਾਨੂੰ ਜਿਹੜੇ ਕਿ ਕੁਐਸਚਨਸ ਬਣੇ ਹੋਏ ਨੇ ਤੁਹਾਡੇ ਵੀ ਇਹ ਕਿਹਦੀ ਰਚਨਾ ਤੇ ਰਚਨਾ ਤੋਂ ਵੀ ਪੁੱਛਿਆ ਸਕਦਾ ਇਹ ਕਿਹਦੀ ਆ ਰੱਬਾ ਮੇਰੇ ਅਗਨ ਜਿਤਨਾ ਤਰੀ ਕੀ ਕਾਫੀ ਵਿੱਚ ਕਿਸ ਵੱਲੋਂ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਜੀਵ ਆਤਮਾ ਵੱਲੋਂ ਮੁਸ਼ਕਲ ਘਾਟ ਫਕਰੀ ਦਾ ਵਿੱਚ ਘਾਟ ਦਾ ਅਰਥ ਕੀ ਆ ਮਾਰਗ ਮੁਸ਼ਕਲ ਘਾਟ ਫਕਰੀ ਦਾ ਕਾਫੀ ਵਿੱਚ ਛੋੜ ਤਕਵਰੀ ਪਕੜ ਹਲੀਮੀ ਤੋਂ ਕੀ ਭਾਵ ਹੈ ਹੰਕਾਰ ਛੱਡ ਕੇ ਨਿਮਰਤਾ ਪਣਾਉਣਾ ਕਹ ਬਾਗੇ ਦੀ ਮੂਲੀ ਕਾਫੀ ਵਿੱਚ ਸ਼ਾਹ ਹੂਸੈਨ ਨੇ ਮਨੁੱਖੀ ਤੁਲਨ ਕਿਹਦੇ ਨਾਲ ਕੀਤੀ ਆ ਗੰਦੁੱਲੀ ਇੱਕ ਛੋਟੀ ਜੀ ਖੂਬਸੂਰਤ ਨਮਾਨਦੇ ਰੱਬ ਰੱਬਾ ਹੋਈਆ ਰੱਬ ਰੱਬਾ ਤੋ ਕੀ ਭਾਵਾਂ ਜੈ ਜੈਕਾਰ ਭਾਵੇਂ ਗੱਲਦਾਰ ਸਾਹਿਬ ਦਾ ਅਗਲੀ 70 ਇਹਦੀ ਕੰਪਲੀਟ ਕਰਨੀ ਆ ਭਾਵੇਂ ਗੱਲਦਾਰ ਸਾਹਿਬ ਦਾ ਫਕੀਰਾ ਹੋਰ ਵੀ ਨੀਮਾ ਹੋ ਠੀਕ ਆ ਨੀਮਾ ਹੋ ਤੇ ਇਹ ਤੁਹਾਨੂੰ ਜਿਹੜੇ ਕਿ ਸਦਰਾਪੁਰਿਆ ਕਰਨ ਵਾਲੀਆਂ ਇਹ ਉਹਦੇ ਚ ਆਉਣਗੇ ਫਿਲ ਅਪਸ ਤਾਂ ਭਾਵੇਂ ਗੱਲਦਾਰ ਸਾਹਿਬ ਦਾ ਕਾਫੀ ਵਿਚਚਾਉ ਸ਼ੇ ਨੇ ਮੀਨਟ ਕੀ ਕਿਨੂੰ ਕਿਹਾ ਤਾਂ ਪਰਮਾਤਮਾ ਦੇ ਨਾਮ ਨੂੰ ਤਾਂ ਕੁਝ ਹੋਰ ਕੁਐਸਚਨਸ ਇੱਥੇ ਰਹਿਣਾ ਨਹੀਂ ਕਾਫੀ ਕਿਸ ਨੂੰ ਸੰਬੋਧਿਤ ਕਿਸ ਨੂੰ ਸੰਬੋਧਿਤ ਹੈ ਮਨੁੱਖ ਨੂੰ ਸੰਬੋਧਿਤ ਆ ਕਿ ਮਨੁੱਖ ਨੂੰ ਕਿਹਾ ਜਾ ਰਿਹਾ ਕਿ ਤੈਨਨੇ ਇੱਥੇ ਰਹਿਣਾ ਨਹੀਂ ਠੀਕ ਹੈ ਇੱਥੇ ਰਹਿਣਾ ਨਹੀਂ ਭਾਵ ਕਿ ਤੂੰ ਸਦਾ ਇੱਥੇ ਸਥਿਰ ਇੱਥੇ ਨਹੀਂ ਰਹਿਣਾ ਤੇ ਹੋਰ ਕੁਐਸਚਨਸ ਇੱਥੇ ਰਹਿਣਾ ਨਹੀਂ ਕਾਫੀ ਵਿੱਚ ਸ਼ਾਹ ਹੁਸੈਨ ਨੇ ਮਨੁੱਖ ਨੂੰ ਕੀ ਛੱਡਣ ਲਈ ਕਹਿੰਦਾ ਮਾਨ ਤੇ ਹੰਕਾਰ ਛੱਡਣ ਲਈ ਕਹਿੰਦਾ ਕਿ ਬਾਗੇ ਦੀ ਮੂਲੀ ਵਿੱਚ ਆਪਣੀ ਹਸਤੀ ਨੂੰ ਕੀ ਸਮਝਦਾ ਤੁਸ਼ ਤੁਸ਼ ਤੇ ਸੂਲੀ ਕਿਸ ਨੇ ਕਬੂਲ ਕੀਤੀ ਸੀ मंसूर ਨੇ मंसूर ਨੇ ਸ਼ਾਹ ਹੁਸੈਨ ਕਿਸ ਦੇ ਦਰ ਉੱਤੇ ਡੱਟਾ ਹੈ ਰੱਬ ਦੇ ਤੇ ਸ਼ਾਹ ਹੁਸੈਨ ਰੱਬ ਤੋਂ ਇਨਸਾਫ ਮੰਗਦਾ ਜਾਂ ਮਿਹਰ ਤਾ ਰੱਬ ਤੋਂ ਮਿਹਰ ਮੰਗਦਾ ਸ਼ਾਹ ਹੁਸੈਨ ਕੀ ਮੰਗਦਾ ਮਿਹਰ ਪਰਮਾਤਮਾ ਤੋਂ ਮਿਹਰ ਮੰਗਦਾ ਇਨਸਾਫ ਨਹੀਂ ਠੀਕ ਹੈ ਵੀ ਮਿਹਰ ਤੇ ਇਸ ਤੋਂ ਇਲਾਵਾ ਸ਼ਾਹ ਹੁਸੈਨ ਦੇ ਵਿੱਚ ਇਹਦੇ ਵਿੱਚ ਚਿੱਟੀ ਚਾਦਰ ਚਿੱਟੀ ਚਾਦਰ ਕਿਹਨੂੰ ਕਿਹਾ ਗਿਆ ਚਿੱਟੀ ਚਾਦਰ ਸ਼ਾਹ ਹੁਸੈਨ ਦੀ ਰਚਨਾ ਦੇ ਵਿੱਚ ਚਿੱਟੀ ਚਾਦਰ ਚਿੱਟੀ ਚਾਦਰ ਚਿੱਟੀ ਚਾਦਰ ਕਿਹਨੂੰ ਕਿਹਾ ਤਾਂ ਚਿੱਟੀ ਚਾਦਰ ਕਿਹਾ ਇਹਨੂੰ ਪਦਾਰਥਾਂ ਦੇ ਮਾਣ ਹੰਕਾਰ ਨੂੰ ਪਦਾਰਥਾਂ ਦੇ ਮਾਣ ਹੰਕਾਰ ਨੂੰ ਮਾਣ ਹੰਕਾਰ ਨੂੰ ਕੀ ਕਿਹਾ ਚਿੱਟੀ ਚਾਦਰ ਕਿਹਾ ਇਸ ਦੇ ਵਿੱਚ ਮੁਸ਼ਕਲ ਕਾਟ ਫਕੀਰੀ ਦੇ ਵਿੱਚ ਕਵੀ ਮਨੁਖ ਨੇ ਕਿਹੜੀ ਚੀਜ਼ ਧਾਰਨ ਕਰਨ ਲੈਂਦਾ ਹਲੀਮੀ ਤੇ ਮਿਠਾਸ ਸ਼ਾਹ ਹੁਸੈਨ ਨੇ ਕਿੰਨੀਆਂ ਕਾਫੀਆਂ ਰਚੀਆਂ ਨੇ 162 ਕਾਫੀਆਂ ਰਚੀਆਂ ਨੇ 162 ਕਾਫੀਆਂ ਤੇ ਕਿਸ ਸ਼ਾਹ ਹੁਸੈਨ ਕਿਸ ਕਵਤਾਰ ਨਾਲ ਸੰਬੰਧਿਤ ਆ ਸੂਫੀ ਕਵਤਾਰ ਨਾਲ ਕਿਸ ਕਵਤਾਰ ਨਾਲ ਸੂਫੀ ਕਵਤਾਰ ਨਾਲ ਤੇ ਕਿਸ ਗੁਰੂ ਜਿਹਦੇ ਸਮੇਂ ਸੀ ਇਹ ਕਿਸ ਗੁਰੂ ਦਾ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਗੁਰੂ ਅਰਜਨ ਦੇਵ ਜੀ ਦਾ ਠੀਕ ਹੈ ਤੇ ਇਹਦੇ ਵਿੱਚ ਸ਼ਾਹ ਹੁਸੈਨ ਜੀਵਨ ਦੀ ਮੈਲੀ ਟੋਪੀ ਕਿਹੜਾ ਸਾਬਣ ਲਾ ਕੇ ਧੋਣ ਲਈ ਕਹਿੰਦਾ ਗੁਰੂ ਦੀ ਸਿੱਖਿਆ ਵੀ ਮੈਲੀ ਟੋਪੀ ਕਿਵੇਂ ਧੋਣੀ ਹੈ ਗੁਰੂ ਦੀ ਸਿੱਖਿਆ ਦੇ ਨਾਲ ਅੱਗੇ ਸੁਲਤਾਨ ਬਾਹੁਆ ਸੁਲਤਾਨ ਬਾਹੁ ਚ ਤੁਸੀਂ ਯਾਦ ਰੱਖਣਾ ਕਿ ਇਹ ਵੀ ਇੱਕ ਤ ਇਹ ਯਾਦ ਰੱਖਣੇ ਕਿ ਕਿਹੜੇ ਦਿਨ ਇਹ ਸੂਫੀ ਸੂਫੀ ਕਾਵਤਾਰਾਂ ਨਾਲ ਸੰਬੰਧਿਤ ਹੈ ਸੁਲਤਾਨ ਬਾਹੁ ਤੇ ਇਹ ਇਹਦੇ ਜਿਹੜੇ ਕਿ 196 ਕਾਫੀਆਂ ਲਿਖਿਆ ਨੇ ਨੇ 40 40 ਕਿਤਾਬਾਂ ਅਰਬੀ ਦੇ ਵਿੱਚ ਨੇ ਤੇ ਇਹ ਇਹਦੀਆਂ ਤੁਹਾਡੇ ਪਾਠ ਪੁਸਤਕ ਦੇ ਵਿੱਚ ਕੀ ਦਰਜ ਨੇ ਸ਼ੀ ਹਰਫੀਆਂ ਕੀ ਦਰਜ ਨੇ ਛੇ ਹਰਫੀਆਂ ਠੀਕ ਹੈ ਇਹ ਵੀ ਯਾਦ ਰੱਖਣਾ ਕਿ ਸ਼ਾਹ ਹੁਸੈਨ ਦੇ ਕਿੰਨੀਆਂ ਕਾਫੀਆਂ ਤੁਹਾਡੇ ਪਾਠ ਪੁਸਤਕ ਦੇ ਸ਼ਾਮਲ ਨੇ 6 ਤਾਂ ਹੈ ਸੁਲਤਾਨ ਬਾਹੁ ਦੇ ਕਿਹੜੇ ਰਚਨਾਵਾਂ ਚੋਣ ਕਰਕੇ ਤੁਹਾਡੇ ਪਾਠ ਪੁਸਤਕ ਦੇ ਸ਼ਾਮਲ ਨੇ ਆਏ ਲੱਗਿਆ ਛੇ ਹਰਫੀਆਂ ਦੇ ਵਿੱਚੋਂ ਕਿਹਦੇ ਵਿੱਚੋਂ ਨੇ ਛੇ ਹਰਫੀਆਂ ਦੇ ਵਿੱਚੋਂ ਹਾਸ਼ਮ ਦੇ 도ੜੇ ਨੇ ਬਾਕੀ ਸ਼ਾਹ ਹੁਸੈਨ ਦੇ ਕਾਫੀਆਂ ਨੇ ਬੁੱਲੇ ਸ਼ਾਹ ਦੇ ਵੀ ਕਾਫੀਆਂ ਨੇ ਸੁਲਤਾਨ ਬਾਹੁ ਤੁਮੇ ਤੇ ਬਜੀਦ ਦੇ ਕੀਨੇ ਬਜੀਦ ਦੇ ਸ਼ਲੋਕ ਬਜੀਦ ਦੇ ਸ਼ਲੋਕ ਨੇ ਤੇ ਸੁਲਤਾਨ ਬਾਹੁ ਤੁਮੇ ਤੇ ਦਰਪੂਜ ਕਾਂਗਾ ਦੇ ਹੰਸਾਂ ਦੇ ਬੱਚੇ ਕੋੜੇ ਤੇ ਮਿੱਠੇ ਖੂਹਾਂ ਦੇ ਉਦਾਹਰਣਾਂ ਦੇ ਕੇ ਮਨੁੱਖ ਨੂੰ ਕਿਸ ਦਾ ਸਾਥ ਨਾਂ ਦੇਣ ਲਈ ਕਿਹਾ ਨਾਂ ਦੇਣ ਲਈ ਕੁਸੰਗੀ ਕੁਸੰਗੀ ਪਾਵਕੀ ਕੁਸੰਗਤ ਦਾ ਸੁਲਤਾਨ ਬਾਹੁ ਕਾਫ ਕਾਮਿਲ ਮੁਰਸ਼ਦ ਐਸਾ ਹੋਵੇ ਸ਼ੇਰਫੀ ਵਿੱਚ ਅੰਤ ਵਿੱਚ ਕਿਹੋ ਜਾਂ ਮੁਰਸ਼ਦ ਚਾਹੁੰਦਾ ਜਿਹੜੇ ਜਿਹੜਾ ਲੂ ਲੂ ਵਿੱਚ ਵਸੇ ਜਿਹੜਾ ਲੂ ਲੂ ਵਿੱਚ ਵਸੇ ਸਤਰਪੂਰੀ ਕਰਨੀ ਆ ਉਹ ਕਰਦੇ 부ਜੂ ਇਸਮ ਅਜ਼ਮ ਦਾ ਕੀ ਅਥੇ ਆਊਗਾ ਅਜ਼ਮ ਦਾ ਅਜ਼ਮ ਫਿਲ ਕੀਤਾ ਹੋਇਆ ਜਿਹੜੇ ਦਰਿਆ ਵਹਿ ਤਨਾਤੇ ਹੂ ਇਹਦੇ ਚ ਹੂ ਹੂ ਸ਼ਬਦ ਕਿਹਦੇ ਵਿੱਚ ਆਉਂਦਾ ਬਜੀ ਸੁਲਤਾਨ ਬਾਹੁ ਦਾ ਕੁਐਸਚਨ ਬਣਦਾ ਹੁੰਦਾ ਕਿ ਹੂ ਕੁਐਸਚਨ ਐਵੇਂ ਹੁੰਦਾ ਕਿ ਕਿਹਨ ਕਿਸ ਸੂਫੀ ਕਵੀ ਦਿਆਂ ਸੀ ਹਰਫੀ ਦੇ ਅੰਤ ਵਿੱਚ ਹੂ ਸ਼ਬਦ ਆਉਂਦਾ ਤਾਂ ਆਨਸਰ ਆਊਗਾ ਸੁਲਤਾਨ ਬਾਹੁ ਸੁਲਤਾਨ ਬਾਹੁ ਸੁਲਤਾਨ ਬਾਹੁ ਕਿਹੜੀ ਕਵਤਾਰ ਨਾਲ ਸੰਬੰਧਿਤ ਹੈ ਤਾਂ ਸੁਲਤਾਨ ਬਾਹੁ ਹੈ ਜਿਹੜੀ ਕਿ ਸੂਫੀ ਕਾਵਤਾਰ ਨਾਲ ਸੰਬੰਧਿਤ ਹੈ ਸੂਫੀ ਕਾਵਤਾਰਾਂ ਨਾਲ ਤੇ ਕੁਝ ਹੋਰ ਕੁਐਸਚਨ ਜਿਵੇਂ ਇਹਦੇ ਵਿੱਚੋਂ ਨੇ ਬਾਹੂਨ ਸਰ ਦਿਲ ਕਾਲਾ ਚੰਗਾ ਹੈ ਜਾਂ ਮੂੰਹ ਕਾਲਾ ਤਾਂ ਕੀ ਚੰਗਾ ਹੋਣਾ ਚਾਹੀਦਾ ਮੂੰਹ ਕਾਲਾ ਮੂੰਹ ਕਾਲਾ ਚੰਗਾ ਹੋਵੇ ਚੱਲ ਜਾਂਦਾ ਜੇ ਦਿਲ ਕਾਲਾ ਹੋਵੇ ਫਿਰ ਨਹੀਂ ਠੀਕ ਆ ਮੂੰਹ ਕਾਲਾ ਚੱਲ ਜਾਂਦਾ ਤੇ ਇਸ ਤੋਂ ਇਲਾਵਾ ਜਿਹੜਾ ਕਿ ਸੁਲਤਾਨ ਬਹੂ ਨੇ ਕਿੰਨੀਆਂ ਪੁਸਤਕਾਂ ਲਿਖੀਆਂ ਨੇ 40 ਆਪਣਾ ਹੋ ਗਿਆ ਕੁਐਸਚਨ ਤੇ ਸੁਲਤਾਨ ਬਹੂ ਜਿਹੜੇ ਕਿ ਪੱਥਰ ਚਿੱਤ ਲੋਕਾਂ ਉੱਤੇ ਕਿਹੜਾ ਮੀ ਵਰਸੌਨ ਦੇ ਨਾ ਵਿਅਰਥਮੰਦ ਉਪਦੇਸ਼ ਦਾ ਠੀਕ ਹੈ ਤੇ ਸੁਲਤਾਨ ਬਾਹੂ ਦੇ ਅੰਤ ਦੇ ਵਿੱਚ ਕੀ ਆਉਂਦਾ ਹੂ ਸ਼ਬਦ ਆਉਂਦਾ ਤੇ ਸੁਲ ਬਾਹੂ ਸੁਲਤਾਨ ਬਾਹੂ ਫਕੀਰ ਨੂੰ ਕਿਹੜੀ ਜਾਗ ਨਾਲ ਜਾਗਣ ਲਈ ਕਹਿੰਦਾ ਰੋਹਾਨੀ ਤੇ ਆਸ਼ਕ ਨੂੰ ਆਪਣਾ ਦਿਲ ਕਿਸ ਤਰ੍ਹਾਂ ਰੱਖਣਾ ਚਾਹੀਦਾ ਪਹਾੜ ਵਰਗਾ ਪਹਾੜ ਵਰਗਾ ਤੇ ਆਸ਼ਕ ਕਿਹਨਾਂ ਦੀ ਪ੍ਰਵਾਹ ਨਹੀਂ ਕਰਦੇ ਕਾਫਰ ਕਹਿਣ ਵਾਲਿਆਂ ਦੀ ਤੇ ਬਾਹੂ ਅਨਸਾਰ ਅੰਦਰ ਦੀ ਮਹਿਲ ਕੌਣ ਕੱਢਦਾ ਅੰਦਰ ਦੀ ਮਹਿਲ ਕਿਹਦੇ ਦੌਰ ਕੱਢਦੀ ਹੈ ਮੁਰਸ਼ਿਦ ਮੁਰਸ਼ਿਦ ਕੱਢਦਾ ਠੀਕ ਹੈ ਮੁਰਸ਼ਿਦ ਤੇ ਇਸ ਤੋਂ ਇਲਾਵਾ ਬਾਕੀ ਇਸ ਦੇ ਵਿੱਚ ਐਨੇ ਨੇ ਸੁਲਤਾਨ ਬਾਹੁ ਨੇ ਸ਼ਿਰਫੀਆਂ ਲਿਖਿਆ ਨੇ ਠੀਕ ਆ ਜਾਂ ਗਲਤ ਤਾਂ ਠੀਕ ਹੈ ਸਹੀ ਆ ਕਿਉਂਕਿ ਸੁਲਤਾਨ ਬਾਹੁ ਨੇ ਸੀ ਹਰਫੀਆਂ ਲਿਖੇ ਨੇ ਇਹ ਤਾਂ ਡਿਪਾਰਟਮੈਂਟ ਵਿੱਚ ਸ਼ਾਮਲ ਨੇ ਅੱਗੇ ਹੈ ਬੁੱਲੇ ਸ਼ਾਹ ਦਾ ਬੁੱਲੇ ਸ਼ਾਹ ਪੰਜਾਬੀ ਦਾ ਮਹਾਨ ਸੂਫੀ ਕਵੀ ਹੋਇਆ ਮਹਾਨ ਸੂਫੀ ਕਵੀ ਤੇ ਇਹਦਾ ਤੁਸੀਂ ਆ ਜਨਮ ਵਗੈਰਾ ਪੜ ਲੈਣਾ ਤੇ ਇਹਦਾ ਜਿਹੜਾ ਕਿ ਮੁਰਸ਼ਿਦ ਸੀ ਸ਼ਾਹ ਨਾਇਤ ਸੀ ਸ਼ਾਹ ਨਾਇਤ ਸ਼ਾਹ ਨਾਇਤ ਨੂੰ ਮੁਰਸ਼ਿਦ ਨੂੰ ਗੁਰੂ ਵੀ ਲਿਖਿਆ ਜਾ ਸਕਦਾ ਵੀ ਗੁਰੂ ਕੌਣ ਸੀ ਸ਼ਾਹ ਨਾਇਤ ਸੀ ਤੇ ਇਹਨੇ ਕਾਫੀਆਂ ਦੇ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਇਹਨੂੰ ਬਾਕੀ ਇਹਨੇ ਕਾਫੀਆਂ ਦੋੜੇ ਗੰਡਾ ਅਠਵਾਰੇ ਇਹ ਲਿਖੇ ਨੇ ਤੇ ਇੱਕ ਵਾਰਾਂਵਾਂ ਤੇ ਹੁਣ ਇਹਦੇ ਮੂੰਹ ਆਈ ਬਾਤ ਨਾ ਰਹਿੰਦੀ ਐ ਤਾਂ ਇਹਦਾ ਕੇਂਦਰੀ ਭਾਵਾ ਇਹਦੇ ਰਚਨਾਵਾਂ ਤੁਸਾਂ ਯਾਦ ਹੋਣੇ ਚਾਹੀਦੇ ਨੇ ਕਿ ਕਿਹੜੇ-ਕਿਹੜੇ ਆ ਨੇ ਜਿਵੇਂ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲੇ ਬੁੱਲੇ ਸ਼ਾਹ ਦੀ ਇੱਕ ਕਾਫੀ ਦਾ ਸਿਰਲੇਖ ਲਿਖੋ ਐਵੇਂ ਵੀ ਆ ਸਕਦਾ ਇਹਦੇ ਕਿਹੜੇ-ਕਿਹੜੇ ਨੇ ਹੁਣ ਬੁੱਲੇ ਸ਼ਾਹ ਦੇ ਧਿਆਨ ਨਾਲ ਸੁਣਨੇ ਨੇ ਮੂੰਹ ਆਈ ਬਾਤ ਨਾ ਰਹਿੰਦੀ ਐ ਤੌਬਾ ਨਾ ਕਰ ਯਾਰ ਕੈਸੀ ਤੌਬਾ ਉਲਟੇ ਹੋਰ ਜਮਾਨੇ ਆਏ ਮਾਟੀ ਕਦਮ ਕਰਿੰਦੀ ਯਾਰ ਪਾਇਆ ਹੈ ਕਿ ਛਪਾਇਆ ਹੈ ਇਹ ਬੁੱਲੇ ਸ਼ਾਹ ਦੀਆਂ ਨੇ ਠੀਕ ਹੈ ਪਾਇਆ ਹੈ ਕਿ ਛਪਾਇਆ ਹੈ ਕਿਸ ਸੂਫੀ ਕਵੀ ਦੀ ਆ ਤਾਂ ਬੁੱਲੇ ਸ਼ਾਹ ਦੀ ਬੁੱਲੇ ਸ਼ਾਹ ਦੀ ਮੂੰਹਾਈ ਬਾਤ ਨਾ ਰਹਿੰਦੀ ਕਾਫੀ ਵਿੱਚ ਕਿਹੜੀ ਗੱਲ ਕਹਿਣ ਨਾਲ ਭਾਂਬੜ ਮੱਚਦਾ ਸੱਚ ਕਹਿਣ ਦੇ ਨਾਲ ਅੱਗੇ ਮੂੰਹਾਈ ਬਾਤ ਨਾ ਰਹਿੰਦੀ ਹੈ ਕਾਫੀ ਵਿੱਚ ਬੁੱਲੇ ਅਨੁਸਾਰ ਹਰ ਇੱਕ ਵਿੱਚ ਕਿਸ ਦੀ ਸੂਰਤ ਵਸਦੀ ਹੈ ਤਾਂ ਰੱਬ ਦੀ ਹਰ ਇੱਕ ਦੇ ਵਿੱਚ ਕਿਹਦੀ ਸੂਰਤ ਵਸਦੀ ਹੈ ਰੱਬ ਦੀ ਤੌਬਾ ਨਾ ਕਰ ਜਾਰ ਕੈਸੀ ਤੌਬਾ ਇਸ ਇਸ ਗਫਾਰਤੋਂ ਕੀ ਭਾਵ ਆ ਬੁਰੇ ਕੰਮਾਂ ਨੂੰ ਤਿਆਗਣ ਦੀ ਪ੍ਰਤੀਗਿਆ ਮਾਟੀ ਕੁਦਮ ਕਰਨ ਦੀ ਯਾਰ ਬੁੱਲੇ ਸ਼ਾਹ ਦੇ ਵਿੱਚੋਂ ਕਿਸਦਾ ਵਰਨਣਾ ਸੰਸਾਰਿਕ ਨਾਸ਼ਮਾਨਤਾ ਦਾ ਸੰਸਾਰਿਕ ਨਾਸ਼ਮਾਨਤਾ ਸਤਰਪੂਰੀ ਕਰਨਿਆ ਸੱਚਿਆਂ ਨੂੰ ਹੁਣ ਮਿਲਦੇ ਤੱਕੇ ਝੁੱਠੇ ਇੱਥੇ ਆਊਗਾ ਝੁੱਠੇ ਕੋਲ ਬਹਾਏ ਹੋ ਕੌਣ ਲੱਗੜ ਨੂੰ ਮਾਰਨ ਲੱਗੇ ਤਾਂ ਦੂਜੇ ਚਾਊਗਾ ਚਿੜੀਆਂ ਚਿੜੀਆਂ ਇੱਥੇ ਸੈਕਿੰਡ ਦੇ ਵਿੱਚ ਚਿੜੀਆਂ ਜੂਰੇ ਖਾਏ ਇਰਾਕੀਆਂ ਨੂੰ ਚਾਵਕ ਪੈਂਦੇ ਡੈਸ਼ ਖੁੱਦ ਗਵਾਏ ਤਾਂ ਇੱਥੇ ਆਊਗਾ ਗੱਦੋਂ ਤੀਜੇ ਦੇ ਵਿੱਚ ਗੱਦੋਂ ਅੱਗੇ ਹੈ ਫੋਰਥ ਅਗਲੇ ਜਾਂ ਬੰਗਲੇ ਬੈਠੇ ਡੈਸ਼ ਫਰਸ਼ ਵਿਛਾਈ ਅਗਲੇ ਜਾਂ ਬੰਗਲੇ ਬੈਠੇ ਪਿਛਲੀਆਂ ਪਿਛਲਿਆਂ ਪਿਛਲਿਆਂ ਫਰਸ਼ ਵਿਛਾਈ ਉਲਟੇ ਹੋਰ ਜ਼ਮਾਨੇ ਦੇ ਵਿੱਚੋਂ ਇਹ ਤੇ ਇਦੇ ਵਿੱਚ ਸਟੂਡੈਂਟਸ ਇਹਦੇ ਇਹ ਵੀ ਥੋੜੇ ਸ਼ਬਦ ਅਰਥ ਵੀ ਦੇਖ ਲੈਣਾ ਸੂਫੀ ਕਾਵਾਂ ਵਾਲਾਂ ਦੇ ਕਿਉਂਕਿ ਇਹਨਾਂ ਦੇ ਵਿੱਚੋਂ ਵੀ ਪੁੱਛਤਾ ਦੇਣੇ ਜਿਵੇਂ ਗਫਾਰ ਕੀ ਆ ਬਖਸ਼ਣ ਵਾਲਾ ਠੀਕ ਆ ਖੌਫ ਕੀ ਆ ਡਰ ਇਸਤਿਫਖਾਰ ਕੀ ਹੁੰਦਾ ਗੁਨਾਹ ਬਖਸ਼ਾਉਣ ਵਾਲੀ ਪ੍ਰਾਰਥਨਾ ਠੀਕ ਆ ਤੌਬਾ ਕੀ ਆ ਸਾਰੇ ਇੱਕ ਜਸਟ ਰੀਡਿੰਗ ਜ਼ਰੂਰ ਸਾਰਿਆਂ ਦਾ ਕਰਨ ਕੁਝ ਹੋਰ ਕੁਐਸਚਨਸ ਇਸ ਦੇ ਵਿੱਚੋਂ ਬੁੱਲੇ ਸ਼ਾਹ ਕਲੰਦਰ ਕਿਹਨੂੰ ਆਖਦਾ ਕਲੰਦਰ ਬੁੱਲੇ ਸ਼ਾਹ ਜਿਹੜਾ ਕੀ ਕਲੰਦਰ ਕਿਹਨੂੰ ਆਖਦਾ ਤਾਂ ਕਲੰਦਰ ਉਹ ਰੱਬ ਨੂੰ ਆਖਦਾ ਕਲੰਦਰ ਕਿਹਨੂੰ ਆਖ ਰਿਹਾ ਰੱਬ ਨੂੰ ਰੱਬ ਨੂੰ ਕਲੰਦਰ ਕਹਿੰਦਾ ਤੇ ਬੁੱਲੇ ਸ਼ਾਹ ਦੇ ਮੂੰਹੋਂ ਕਿਹੜੀ ਬਾਤ ਨਿਕਲ ਨੂੰ ਨਹੀਂ ਰਹਿੰਦੀ ਰੋਹਾਨੀ ਅਨੁਭਵ ਦੀ ਠੀਕ ਹੈ ਤੇ ਅ ਰੱਬ ਦਾ ਭੇਤ ਪਾਉਣ ਵਾਲਾ ਮਨੁੱਖ ਕਿੱਥੇ ਵੱਸਦਾ ਸੁਖ ਮੰਦਰ ਦੇ ਵਿੱਚ ਕਿੱਥੇ ਵੱਸਦਾ ਸੁਖ ਮੰਦਰ ਦੇ ਵਿੱਚ ਤੇ ਹਰ ਪਾਸੇ ਬੁੱਲੇ ਸ਼ਾਹ ਦੇ ਅਨਸਾਰ ਕਿਸਦਾ ਆਪ ਸਾਰਾ ਮਿੱਟੀ ਦਾ ਵੀ ਸਾਰੀ ਚੀਜ਼ਾਂ ਜਿਹੜੀ ਕਿ ਆਪਾਂ ਖੁਦ ਵੀ ਕਮਿਟੀ ਦੇ ਬਣਿਆ ਸਾਰੀ ਚੀਜ਼ ਮਿੱਟੀ ਦੇ ਬਣੇ ਹੋਏ ਨੇ ਤੇ ਉਲਟੇ ਹੋਰ ਜ਼ਮਾਨੇ ਆਏ ਵਿੱਚ ਕਿਹਨਾਂ ਨੂੰ ਤੱਕੇ ਮਿਲਦੇ ਨੇ ਸੱਚਾ ਨੂੰ ਤੇ ਇਹਦੇ ਵਿੱਚ ਹੈ ਜਿਹੜਾ ਉਲਟੇ ਹੋਰ ਜ਼ਮਾਨੇ ਆਏ ਉਫਲਤ ਉਫਲਤ ਦਾ ਕੀ ਭਾਵ ਹੁੰਦਾ ਉਫਲਸ ਦਾ ਪਿਆਰ ਠੀਕ ਆ ਉਫਲਸ ਦਾ ਭਾਵ ਆ ਪਿਆਰ ਇਤਫਾਕ ਇਤਫਾਕ ਦਾ ਭਾਵ ਆ ਇਕਾ 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 ਨਹੀਂ ਹੈ ਮੇਰੇ ਕਹਿੰਦਾ ਮਤਲਬ ਇਤਫਾਕ ਦਾ ਭਾਵ ਹੁੰਦਾ ਇਕਾ ਬੁੱਲੇ ਸ਼ਾਹ ਨੇ ਕਿਸ ਨੂੰ ਪਾਇਆ ਤਾਂ ਬੁੱਲੇ ਸ਼ਾਹ ਨੇ ਜਿਹੜੇ ਕਿ ਰੱਬ ਨੂੰ ਪਾਇਆ ਤੇ ਬੁੱਲੇ ਸ਼ਾਹ ਨੂੰ ਅਲਖ ਲਗਾਇਆ ਕਿਸ ਨੇ ਅਲਖ ਲਗਾਇਆ ਸਤਗੁਰ ਨੇ ਮੁਰਸ਼ਦ ਨੇ ਉਹਨੇ ਉਹਦੇ ਮੁਰਸ਼ਦ ਨੇ ਤੇ ਬੁੱਲੇ ਸ਼ਾਹ ਕਿਹੜੀ ਵਿਚਾਰਤ ਬੁੱਝਣ ਲਈ ਕਹਿੰਦਾ ਮਨੁੱਖੀ ਸਰੀਰ ਮਿੱਟੀ ਤੋਂ ਤੇ ਇਸ ਤੋਂ ਇਲਾਵਾ तकरीबन ਹੋਏ ਗਏ ਤੇ ਬੁੱਲੇ ਸ਼ਾਹ ਨੇ ਕਾਫੀ 1656 ਨੇ ਤੇ ਬੁੱਲੇ ਸ਼ਾਹ ਦਾ ਜਨਮ 1680 ਈਸਵੀ ਦੇ ਵਿੱਚ ਹੈ ਤੇ 248 ਰਚੇ ਨੇ 6 ਹਰਫੀਆਂ ਦੀਆਂ ਤਿੰਨ ਨੇ ਠੀਕ ਹੈ ਬਾਕੀ ਇਹ ਕਿਸ ਧਾਰਨਾ ਨਾਲ ਸੰਬੰਧਿਤ ਆ ਸੂਫੀ ਕਾਫ ਧਾਰਨਾ ਨਾਲ ਸੰਬੰਧਿਤ ਆ ਸੂਫੀ ਕਾਫ ਦੇ ਤੁਹਾਨੂੰ ਸਾਰੇ ਯਾਦ ਹੋਣੇ ਚਾਹੀਦੇ ਨੇ ਜਿਹੜੇ-ਜਿਹੜੇ ਵੀ ਨੇ ਅਗਿਆ ਹੈ ਹਾਸ਼ਮ ਹਾਸ਼ਮ ਦੇ ਤੁਹਾਡੀ ਪਾਠ ਪੁਸਤਕ ਦੇ ਵਿੱਚ ਕੀ ਸ਼ਾਮਲ ਨੇ ਦੋਹੜੇ ਤੇ ਦੋਹੜਿਆਂ ਨੂੰ ਕੀ ਕਿਹਾ ਗਿਆ ਦਰਿਆਏ ਹਕੀਕਤ ਹਾਸ਼ਮ ਦੇ ਦੋਹੜਿਆਂ ਨੂੰ ਕੀ ਕਿਹਾ ਗਿਆ ਦਰਿਆਏ ਹਕੀਕਤ ਇੰਪੋਰਟੈਂਟ ਆ ਹੈ ਦਰਿਆਏ ਹਕੀਕਤ ਤੇ ਹਾਸ਼ਮ ਨੇ ਕੀ ਸ਼ਾਮਲ ਨੇ ਦੋੜੇ ਨੇ ਇੱਕ ਸ਼ਬ ਉਮਰ ਗੁਲਾ ਦੀ ਓੜ ਅਗਲਾ ਹੈ ਇੱਕ ਸ਼ਬ ਉਮਰ ਗੁਲਾ ਦੀ ਓੜ ਕਤੇ ਖਾਰੇ ਨੇ ਤੁਪਰੁਗਤ ਤੇ 70 ਦੇ ਵਿੱਚ ਖਾਰ ਕੀਆ ਕੰਡਾ ਤੇ ਸ਼ਬ ਕੀ ਹੁੰਦੀ ਆ ਰਾਤ ਉਮਰ ਗੁਲਾ ਗੁਲਾ ਕੀ ਹੋਗੀ ਗੁਲਾ ਹੋਗੀ ਫੁੱਲ ਸ਼ਬ ਹੋਗੀ ਰਾਤ ਨਦੀਆਂ ਨੀਰ ਵਹਿਨਿਤ ਤਤਾਰੂ ਇਹ ਕਦੀ ਨਾ ਹੋਵਣ ਹਲਕ ਹੋਵਣ ਹਲਕੇ ਇੱਕ ਇੱਕ ਤਾਂ ਪਹਿਲਾਂ ਇਹ ਯਾਦ ਰੱਖਣੇ ਕਿ ਹੈ ਕੀ ਦੀ ਇਹ ਅ ਕੀ ਦਾ ਦੋਹੜਾ ਇਹ ਹਾਸ਼ਮ ਦਾ ਹੈ ਤਾਂ ਇਹਦੇ ਵਿੱਚ ਹਾਸ਼ਮ ਨੇ ਕਿਹੜੀ ਗੱਲ ਵੱਲ ਸੰਕੇਦਾ ਤਾਂ ਕਿ ਸੰਸਾਰਿਕ ਨਾਸ਼ ਮੰਨਦਾ ਤੇ ਤਸਵੀਤੋ ਕੀ ਭਾਵਾ ਮਾਲਾ ਇੱਕ ਸੇ ਤਾਰ ਬਹਾਰ ਨਾ ਰਹਿੰਦੀ ਨਹੀਂ ਇੱਕ ਸੇ ਤੋਰ ਜਮਾਨਾ ਦੋਹੜੇ ਵਿੱਚ ਮੁਸਾਫਰਖਾਨਾ ਕਿਸ ਨੂੰ ਕਿਹਾ ਗਿਆ ਤਾਂ ਸੰਸਾਰ ਨੂੰ ਕਿਹਾ ਗਿਆ ਹਾਸ਼ਮ ਸਾਂਝਤ ਸਾਡੇ ਦਮ ਦੀ ਹੋਰ ਵਸਦਾ ਮੁਲਖ ਵਥੇ ਰਾਤਾ ਇਹਦੇ ਨਾਲ ਕਿਹਦੇ ਨਾਲ ਸਾਂਝ ਪਾਉਣ ਲਈ ਕਿਹਾ ਗਿਆ ਪਰਮਾਤਮਾ ਨਾਲ ਨਹੀਂ ਕਬੂਲ ਇਬਾਦਤ ਤੇਰੀ ਤੂੰ ਜਦ ਲੱਗ ਪਾਕ ਨਾ ਹੋਵੇਂ ਪਾਕ ਇਥੇ ਆਮਲ ਖਾਕ ਪਾਵੇ ਮੁਖ ਤੇਰਾ ਜਦੋਂ ਲੱਗ ਡੈਸ਼ ਨਾ ਹੋਵੇ ਤਾਂ ਅਗਲੇ ਜਾਊਗਾ ਖਾਕ ਜਦ ਲੱਗ ਖਾਕ ਨਾ ਹੋਵੇ ਉੱਪਰ ਹੈ ਕਬੂਲ ਇਬਾਦਤ ਇਬਾਦਤ ਕਬੂਲ ਕਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਪਾਕ ਨਹੀਂ ਹੁੰਦਾ ਠੀਕ ਹੈ ਪਾਕ ਤੇ ਖਾਕ ਪਾਵੇ ਮੁਖ ਤੇਰਾ ਜਦ ਤੱਕ ਜਦ ਲੱਗ ਖਾਕ ਨਾ ਹੋਵੇ ਬਾਕੀ ਤੁਸੀਂ ਇਧਰੋਂ ਇਹਨਾਂ ਦੇ ਅਰਥ ਦੇਖ ਸਕਦੇ ਹੋ ਠੀਕ ਹੈ ਪਾਪ ਕੀ ਹੁੰਦਾ ਪਵਿੱਤਰ ਜਦ ਲੱਗ ਜਦੋਂ ਤੱਕ ਤੇ ਹਾਸ਼ਮ ਦਾ ਕੁਐਸਚਨ ਇਹ ਵੀ ਬਣਦਾ ਕਿ ਹਾਸ਼ਮ ਪੰਜਾਬੀ ਜਿਹੜਾ ਕਿ ਕਿਹਦਾ ਇਹ ਹਾਸ਼ਮ ਨੇ ਜਿਹੜੇ ਕਿ ਕਿਸੇ ਵੀ ਲਿਖੇ ਨੇ ਹਾਸ਼ਮ ਕਿੱਸਾ ਕਵੀ ਵੀ ਆ ਪਰ ਤੁਹਾਡੀ ਪਾਠ ਪੁਸਤਕ ਦੇ ਵਿੱਚ ਅਗਰ ਕੁਐਸਚਨ ਆਵੇ ਵੀ ਤੁਹਾਡੀ ਪਾਠ ਪੁਸਤਕ ਦੇ ਵਿੱਚ ਹਾਸ਼ਮ ਦੇ ਕਿਹੜੇ ਰਚਨਾਵਾਂ ਤੇ ਕਿਹੜੀ ਧਾਰਾ ਦੇ ਵਿੱਚ ਗਿਣੋਗੇ ਤਾਂ ਤੁਸੀਂ ਇਹਨੂੰ ਸੂਫੀ ਕਾਵ ਧਾਰਾ ਦੇ ਵਿੱਚ ਗਿਣੋਗੇ ਹਾਸ਼ਮ ਨੂੰ ਠੀਕ ਹੈ ਕਿਉਂਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਇਹਦੇ ਦੋਹੜੇ ਨੇ ਤੇ ਹਾਸ਼ਮ ਕਿਸ ਕਾਲ ਦਾ ਸੀ ਇਹ ਸਿੱਖ ਰਾਜ ਕਾਲ ਦਾ ਸਿੱਖ ਰਾਜ ਕਾਲ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸਿੱਖ ਰਾਜ ਕਾਲ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਤੇ ਇਹਦੇ ਪ੍ਰਸਿੱਧ ਇਹਦਾ ਹਾਸ਼ਮ ਦੀ ਪ੍ਰਸਿੱਧੀ ਕਿਹੜੇ ਕਿਸੇ ਨਾਲ ਹੋਈ ਸੀ ਉਹ ਸੱਸੀ ਪੁੰਨੂ ਕਿਸੇ ਦੇ ਨਾਲ ਹੋਈ ਸੀ ਤੇ ਹਾਸ਼ਮ ਕਿਹਨਾਂ ਦੀ ਤਰ੍ਹਾਂ ਆਪਾਂ ਨੂੰ ਹੱਸ ਕੇ ਜੀਵਨ ਗੁਜ਼ਾਰਨ ਲਈ ਕਹਿੰਦਾ ਫੁੱਲਾਂ ਦੀ ਤਰ੍ਹਾਂ ਅਜੇ ਹ ਖਵਾਜਾ ਅੱਗੇ ਹੈ ਖਵਾਜਾ ਗੁਲਾਮ ਫਰੀਦ ਦੇ ਵਿੱਚੋਂ ਤਾਂ ਇਹਦੇ ਵਿੱਚ ਪ੍ਰਮਾਤਮਾ ਕੀ ਆਪਣਾ ਰਾਂਝਾ ਠੀਕ ਆ ਪ੍ਰੀਤਮ ਤੇ ਆਪਾਂ ਸਾਰੇ ਜੀਵਾਤਮਾ ਕੀ ਆਪਾਂ ਜੀਵ ਆਤਮਾ ਭਾਵ ਕੀ ਹੀਰ ਤੇ ਸ਼ਹ ਰਾਂਝਾ ਅਲਵੇਲਾ ਸੂਫੀ ਕਵੀ ਦੀ ਰਚਨਾ ਖਵਾਜਾ ਗੁਲਾਮ ਫਰੀਦ ਦੀਆਂ ਇਹਦੀਆਂ ਰਚਨਾਵਾਂ ਦੱਸਣੀਆਂ ਨੇ ਤੇ ਜਿਵੇਂ ਸਾਵਨ ਬੂੰਦੜੀਆ ਚਰਲਾਵੇ ਸ਼ਹ ਰਾਂਝਾ ਅਲਵੇਲਾ ਇਹ ਕਿਦੀਆਂ ਨੇ ਇਹ ਖਵਾਜਾ ਗੁਲਾਮ ਫਰੀਦ ਦੀਆਂ ਨੇ ਸ਼ੋ ਰਾਂਝਾ ਅਲਵੇਲਾ ਕਾਫੀ ਵਿੱਚ ਰੱਬ ਗੁਲਾਮ ਫਰੀਦ ਨੇ ਕਿਸ ਕੋਲੋਂ ਡਰਨ ਲਈ ਕਿਹਾ ਰੱਬ ਤੋਂ ਠੀਕ ਹੈ ਅੱਗੇ ਹੈ ਸ਼ੋ ਰਾਂਝਾ ਅਲਵੇਲਾ ਵਿੱਚ ਜੋਗੀ ਤੋਂ ਜਗਿਆਨੀ ਸ਼ਬਦ ਕਿਸ ਵੱਲ ਸੰਕੇਤ ਕਰਦੇ ਨੇ ਆਤਮਾ ਪਰਮਾਤਮਾ ਵੱਲ ravel dash ਜੋੜਸ ਸੁਣਾਈ ਤਾਂ ਅੰਸੇ ਆਊਗਾ ਬੰਸੀ ਠੀਕ ਹੈ ਬੰਸੀ ਕੋਇਲ ਕੂੰਜ ਮੋਰ ਵਰਗੀਆਂ ਮਿੱਠੀਆਂ ਆਵਾਜ਼ਾਂ ਸੁਣ ਕੇ ਬਹਿਰਨ ਨੂੰ ਕਿਉਂ ਦੁੱਖ ਹੁੰਦਾ ਕਿਉਂਕਿ ਸਾਰੇ ਪੰਛੀ ਖੁਸ਼ ਨਹੀਂ ਤੁਝ ਬਿਨ ਕਾਰੀ ਘਟਣ ਡਰਾਵੇ ਕਿਸ ਡਰ ਦਾ ਜ਼ਿਕਰ ਹੈ ਤਾਂ ਕਾਲੇ ਬੱਦਲਾਂ ਦੇ ਘਟਨਾਵਾਂ ਦਾ ਬੇਰਹੰਦੇ ਦੁੱਖਾਂ ਦੇ ਦਿਨ ਰਾਤ ਕਦੋਂ ਖਤਮ ਹੁੰਦੇ ਨੇ ਜਦੋਂ ਉਸਦੇ ਪ੍ਰੀਤਮ ਦਾ ਪਿਆਰ ਉਹਨੂੰ ਮਿਲਦਾ। ਛੋ ਰਾਂਝਾ ਲਵੇਲਾ ਕੀ ਸੂਫੀ ਕਵੀ ਦੀ ਰਚਨਾ ਖ्वाजा ਗੁਲਾਮ ਫਰੀਦ ਦੀ ਹੈ ਤਾਂ ਅੱਗੇ ਇੱਕ ਇਹਦੇ ਵਿੱਚੋਂ ਸ਼ਾਰਟ ਕੁਐਸਚਨ ਕੀ ਮੋਹਰਾ ਮੋਹਰਾ ਮੋਹਰ ਰਵਾ ਦਾ ਕੀ ਅਰਥ ਹੈ ਤਾਂ ਇਹ ਆ ਮੋਰ ਠੀਕ ਆ ਮੋਰ ਤੇ ਬਾਕੀ ਆਪਣੇ ਹੋਏਗੇ ਤੇ ਇਹਨੇ ਕਿੰਨੀਆਂ ਕਾਫੀਆਂ ਲਿਖਿਆ ਨੇ 272 ਇੱਕ ਇਹ ਕੁਐਸਚਨ ਆਖਣਾ ਕਿ ਕਿੰਨੀਆਂ ਕਾਫੀਆਂ ਲਿਖੀਆਂ ਖ्वाजा ਗੁਲਾਮ ਫਰੀਦ ਨੇ 272 ਭਾਸ਼ਾ ਕਿਹੜੀ ਸੀ ਲੈਂਦੀ ਤੇ ਲਹਿੰਦੀ ਪਾਸ਼ਾ ਹੀ ਫਰੀਦ ਜੀ ਦੀ ਸੀ ਅੱਗੇ ਗੁਰਮਤਕਾਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪਹਿਲਾਂ ਤੇਹੀ ਯਾਦ ਰੱਖਣਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਾਂ ਨੂੰ ਕਿੰਨੇ ਸ਼ਬਦ ਮਿਲਦੇ ਹਨ 976 ਜਾਂ 974 ਜਿਵੇਂ ਅਕੋਰਡਿੰਗ ਟੂ ਆਪਸ਼ਨ ਹੋਊਗਾ ਤੁਸੀਂ ਦੇਖਣਾ ਤੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ 19 ਰਾਗਾਂ ਦੇ ਵਿੱਚ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦ ਗ੍ਰੰਥ ਸਾਹਿਬ ਦੇ ਉਹਨਾਂ ਦੇ ਵਿੱਚ 19 ਰਾਗਾਂ ਦੇ ਵਿੱਚ ਗੁਰੂ ਜੀ ਨੇ ਬਾਣੀ ਰਚੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਨੇ ਤੇ ਸਿੱਖ ਧਰਮ ਦੇ ਮੋਢੀ ਤੇ ਇਹਨਾਂ ਦੇ ਵਿੱਚੋਂ ਕੁਐਸਚਨਸ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਰਚਨਾ ਦਾ ਨਾਮ ਲਿਖਣਾ ਇਹਨਾਂ ਦੇ ਰਚਨਾਵਾਂ ਤੁਹਾਨੂੰ ਸਾਰੀਆਂ ਯਾਦ ਹੋਣੇ ਚਾਹੀਦੀਆਂ ਨੇ ਸੋ ਇਹਨਾਂ ਦੇ ਵਿੱਚ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਚਨਾਵਾ ਪਵਨ ਗੁਰੂ ਪਾਣੀ ਪਿੱਤਾ ਪਵਨ ਗੁਰੂ ਪਾਣੀ ਪਿੱਤਾ ਫੱਕੜ ਜਾਤ ਫੱਕੜ ਨਾਉ ਹੱਕ ਪਰਾਇਆ ਨਾਨਕਾ ਪੰਜ ਨਿਵਾਜਾਂ ਵਖਤ ਪੰਜਾ ਪੰਜੇ ਨਾਉ ਲਭ ਪਾਪ ਦੂ ਰਾਜਾ ਮਹਤਕੂੜ ਹੋਆ ਸਿੱਖਦਾਰ ਦੁਖਦਾਰੂ ਸੁਖ ਰੁਗ ਪਾਇਆ ਨਾਵਣ ਚੱਲੇ ਤੀਰਥੀ ਮਾਗੁ ਪੁਨੀਤ ਪਈ ਠੀਕ ਹੈ ਇਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਹਦੇ ਵਿੱਚ ਕੁਐਸਚਨ ਲਪਪ ਅ ਦੂ ਰਾਜਾ ਮਹਤਕੂੜ ਹੋ ਸਕਦਾ ਹੈ ਕਿਹੜੇ ਗੁਰੂ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਨ ਗੁਰੂ ਪਾਣੀ ਪਿੱਤਾ ਕਿਹੜਾ ਕਾਵ ਰੂਪਾ ਤਹੇ ਸਲੋਕ ਕਾਵ ਰੂਪ ਹੈ ਸਲੋਕ ਅੱਗੇ ਫੱਕੜ ਜਾਂਦੀ ਫੱਕੜ ਨਾ ਸਲੋਕ ਵਿੱਚ ਫੱਕੜ ਤੋਂ ਕੀ ਭਾਵ ਹੈ ਫੱਕੜ ਹੁੰਦਾ ਵਿਅਰਥ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਕ ਪ੍ਰਾਇ ਨਾਨਕਾ ਸਲੋਕ ਅਨੁਸਾਰ ਮੁਸਲਮਾਨਾਂ ਤੇ ਹਿੰਦੂਆਂ ਲਈ ਪ੍ਰਾਇ ਹੱਕ ਖਾਣ ਲਈ ਕੀ ਕਿਹਾ ਤਾ ਹਿੰਦੂਆਂ ਲਈ ਗਊ ਜੇ ਆਪਾਂ ਕੋਈ ਪਰਾਇਆ ਹੱਕ ਖਾਣਿਆ ਤਾਂ ਮਤਲਬ ਕਿ ਗਊ ਦੇ ਸਮਾਨ ਵੀ ਜਿਵੇਂ ਹਿੰਦੂ ਨੇ ਕੋਈ ਗਊ ਖਾ ਲਈ ਮਤਲਬ ਕਿ ਪਰਾਇਆ ਹੱਕ ਖਾ ਲਿਆ ਤੇ ਮੁਸਲਮਾਨਾਂ ਦੇ ਲਈ ਸੂਰ ਖਾਣ ਦੇ ਬਰਾਬਰ ਆ ਵੀ ਜੇ ਕੋਈ ਉਹ ਪਰਾਇਆ ਹੱਕ ਖਾਂਦੇ ਨੇ ਭਾਵ ਕਿ ਸੂਰ ਖਾਂਦੇ ਬਰਾਬਰ ਆ ਉਸ ਤੋਂ ਬਾਅਦ ਪੰਜ ਨਵਾਜਾ ਕਿਹੜੀਆਂ-ਕਿਹੜੀਆਂ ਨੇ ਪਹਿਲੀ ਨਵਾਜਾ ਜਿਹੜੀ ਕਿ ਸਵੇਰ ਦੀ ਨਵਾਜ਼ ਆ ਉਹ ਹੈਗੀ ਸੱਚ ਬੋਲਣਾ ਦੂਜੀ ਨਵਾਜ਼ ਹੈਗੀ ਹੱਕ ਦੀ ਕਮਾਈ ਤੇ ਤੀਜੀ ਨਵਾਜ਼ ਹੈਗੀ ਆ ਜਿਹੜੇ ਕਿ ਸਭ ਦਾ ਭਲਾ ਮੰਗਣਾ ਚੌਥੀ ਹੈਗੀ ਹੈ ਮਨ ਨੂੰ ਤੋਂ ਨਿਯਤ ਆਪਣੀ ਨਿਯਤ ਨੂੰ ਸਾਫ਼ ਰੱਖਣਾ ਤੇ ਪੰਜਵੀਂ ਹੈਗੀ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਵਡਿਆਈ ਕਰਨੀ ਇਹ ਹੈਗੇ ਪੰਜਵੀਂ ਨਿਵਾਜ਼ ਇਹ ਨੇ ਪੰਜ ਨਿਵਾਜ਼ਾਂ ਤੇ ਗੁਰਮਤ ਦੇ ਅਨਸਾਰ ਗੁਰੂ ਨਾਨਕ ਦੇਵ ਜੀ ਦੇ ਅਨਸਾਰ ਅਸਲ ਧਰਮ ਕਰਮ ਕੀ ਹੈ ਫਲ ਦੀ ਆਸ ਰੱਖੇ ਬਿਨਾ ਕੰਮ ਕਰਨਾ ਤੀਰਥਾਂ ਉੱਤੇ ਜਾ ਕੇ ਨਾ ਆਉਣਾ ਦੇ ਬਾਵਜੂਦ ਵੀ ਮਨ ਖੋਟਾ ਕਿਵੇਂ ਹੋ ਜਾਂਦਾ ਹੰਕਾਰ ਦੇ ਨਾਲ ਤ੍ਰੈਵੈਣੀ ਕਿਹੜੀਆਂ ਨਦੀਆਂ ਦਾ ਮਿਲਾਪ ਆ ਗੰਗਾ ਜਮਨਾ ਸਰਸਵਤੀ ਗੰਗਾ ਜਮਨਾ ਸਰਸਵਤੀ ਤੇ ਗੁਰੂ ਨਾਨਕ ਦੇਵ ਜੀ ਦੇ ਅਨਸਾਰ ਮਾਗ ਮਹੀਨੇ ਮਹਾਰਾਸ ਕਿਹੜਾ ਪ੍ਰਭੂ ਦਾ ਨਾਮ ਸਿਮਰਨ ਕਰਨਾ ਪ੍ਰਭੂ ਦਾ ਨਾਮ ਸਿਮਰਨ ਕਰਨਾ ਜਿਵੇਂ ਸਹੀ ਗੱਲ ਤਾਂ ਗੁਰੂ ਜੀਵਾਂ ਦੀ ਆਤਮਾ ਲਈ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਸਰੀਰ ਲਈ ਹਵਾ ਤਾਂ ਠੀਕ ਹੈ ਤਾਂ ਧਰਤੀ ਜੀਵਾਂ ਦੀ ਸਭ ਤੋਂ ਵੱਡੀ ਮਾਂ ਨਹੀਂ ਇਹ ਗਲਤ ਹੈ ਕਿਉਂਕਿ ਧਰਤੀ ਜੀਵਾਂ ਦੀ ਸਭ ਤੋਂ ਵੱਡੀ ਮਾਤਾ ਠੀਕ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਜੀਵਾਂ ਦੀ ਆਤਮਾ ਲਈ ਗੁਰੂ ਦੀ ਲੋੜ ਕਿੰਨੀ ਹੁੰਦੀ ਹੈ ਜਿਵੇਂ ਹਵਾ ਦੇ ਲਈ ਹਵਾ ਜਿਵੇਂ ਆਪਣੇ ਸਾਹ ਦੇ ਲਈ ਜ਼ਰੂਰੀ ਹੋਵੇ ਮਾਗਦੇ ਮਹੀਨੇ ਵਿੱਚ ਇਹ ਹੋ ਗਿਆ ਕਿੰਨੇ ਤੀਰਥ ਸਥਾਨਾਂ ਦਾ ਫਲ ਪ੍ਰਾਪਤ ਮਿਲਦਾ 68 ਤੀਰਥ ਸਥਾਨਾਂ ਦਾ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਸਾਹਿਬਾਨ ਹੋਏ ਨੇ ਜਿਨ੍ਹਾਂ ਦਾ ਮੁੱਢਲਾ ਨਾਮ ਸੀ ਭਾਈ ਲੈਣਾ ਜੀ ਸੋ ਇਹਨਾਂ ਦੇ ਕੁਐਸਚਨ ਅੱਠ ਪਹਿਰੀ ਅੱਠ ਖੰਡ ਕਿਹੜੇ ਗੁਰੂ ਸਾਹਿਬ ਦੀ ਰਚਨਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਇਹਨਾਂ ਚੋਂ ਬਾਕੀ ਵੀ ਯਾਦ ਹੋਣੇ ਚਾਹੀਦੇ ਨੇ ਜਿਵੇਂ ਅੱਠ ਪਹਿਰੀ ਅੱਠ ਖੰਡ ਤੇ ਆਖਣ ਆਖਣਾ ਰਜਿਆ ਨਾਨਕ ਪਰਖੇ ਆਪਕੋ ਸ਼੍ਰੀ ਗੁਰੰਗਦੇਵ ਜੀ ਦਾ ਇਹ ਜਗ ਸੱਚੇ ਕੀ ਹੈ ਕੋਠੜੀ ਵੀ ਸ਼੍ਰੀ ਗੁਰੰਗਦੇਵ ਜੀ ਹੋਮੇ ਇਹ ਜਾਤ ਹੈ ਵੀ ਸ਼੍ਰੀ ਗੁਰੂ ਅੰਗਦੇਵ ਜੀ ਤੇ ਕੁਐਸਚਨਸ ਸ਼੍ਰੀ ਗੁਰੰਗਦੇਵ ਜੀ ਨੇ ਕਿਸੇ ਇੱਕ ਰਚਨਾ ਹੋਏਗਾ ਆਪਾਂ ਬੋਲੇ ਦੱਤੇ ਆ ਨੌਵਾਂ ਖੰਡ ਤੋਂ ਕੀ ਭਾਵ ਮਨੁੱਖੀ ਸਰੀਰ ਤੋਂ ਸ਼੍ਰੀ ਗੁਰੰਗਦੇਵ ਜੀ ਦਾ ਆਖਣ ਆਖਣਾ ਰੱਜੇ ਅਨੁਸਾਰ ਤ੍ਰਿਸ਼ਨਾ ਦੇ ਜਿਹੜੇ ਕਿ ਮਾਰੇ ਮਨੁੱਖ ਮਾਨ ਦੀ ਤ੍ਰਿਸ਼ਨਾ ਅਸਲ ਦੇ ਵਿੱਚ ਕੋਲੋਂ ਤ੍ਰਿਪਤ ਹੁੰਦੀ ਆ ਤੋ ਕੋਨੋਂ ਤ੍ਰਿਪਤ ਹੋਊਗੀ ਜਿਹੜਾ ਪ੍ਰਮਾਤਮਾ ਦੇ ਗੁਣਾਂ ਨੂੰ ਉਹ ਉਚਾਰੂਗਾ ਗੁਰੰਗ ਦੇਵ ਜੀ ਅਨੁਸਾਰ ਅਸਲ 파ਰਖੂ ਕੌਣ ਆ ਜਿਹੜਾ ਆਪਣੇ ਆਪ ਨੂੰ ਪਰਖਿਓ ਹੁੰਦਾ ਅਸਲ ਦੇ ਵਿੱਚ 파ਰਖੂ ਤੇ ਜੱਗ ਨੂੰ ਕਿਸ ਦੀ ਕੋਟੜੀ ਕਿਹਾ ਗਿਆ ਸੱਚੇ ਪ੍ਰਮਾਤਮਾ ਦੀ ਤੇ ਗੁਰੂ ਅੰਗਦ ਦੇਵ ਜੀ ਨੇ ਸਹਿ ਕਥਨ ਅਨੁਸਾਰ ਹਮ ਕਿਹੜਾ ਰੋਗ ਹੈ ਲੰਮਾ ਰੋਗ ਲੰਮਾ ਠੀਕ ਹੈ ਉਹ ਤੇ ਫਿਲਪਸ ਦੇ ਵਿੱਚ ਕੁਝ ਵੀ ਆ ਸਕਦਾ ਤੁਸੀਂ ਲੰਮਾ ਠੀਕ ਹੈ ਹੁੰਦਾ ਮਤਲਬ ਕਿ ਫਿਲਪਸ ਦੇ ਵਿੱਚ ਤੁਹਾਨੂੰ ਆਪਸ਼ਨਸ ਆਉਣਗੀਆਂ ਅਕੋਰਡਿੰਗ ਟੂ ਤੁਸੀਂ ਆਨਸਰ ਫਿਲ ਕਰਨੇ ਨੇ ਜਿਸ ਦੀ ਕਿਰਪਾ ਨਾਲ ਮਨੁੱਖੀ ਜੀਵ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨੇ ਤਾਂ ਉਹ ਅਕਾਲ ਪੁਰਖ ਦੀ ਗੁਰੰਗ ਦੇ ਅਨੁਸਾਰ ਹੋਮੇ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਹੈ ਗੁਰੂ ਦੇ ਸ਼ਬਦਾਂ ਨੂੰ ਕਮਾ ਕੇ ਤੇ ਗੁਰੰਗ ਦੇਵ ਜੀ ਦੇ ਕਿੰਨੇ ਸ਼ਬਦ ਮਿਲਦੇ ਆਪਾਂ ਨੂੰ 62 ਠੀਕ ਹੈ 62 ਕਈ ਵਾਰ 63 ਵੀ ਮਿਲਦਾ ਤੇ ਕਿੰਨੇ ਤੁਹਾਡੀ ਪਾਠ ਪੁਸਤਕ ਦੇ ਵਿੱਚ ਕਿੰਨੇ ਸ਼ਬਦ ਨੇ ਤਾਂ ਉਹ ਨੇ 5 5 ਠੀਕ ਹੈ 12th ਕਲਾਸ ਚ ਕਿੰਨੇ ਸ਼ਾਮਲ ਕੀਤੇ ਗਏ ਨੇ 5 ਉਸ ਤੋਂ ਬਾਅਦ ਅੱਗੇ ਆਪਣੇ ਹੈਗੇ ਨੇ ਕੁਐਸਚਨਸ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸਣਾ ਜਿਵੇਂ ਇਹਦੇ ਵਿੱਚ ਹੰਪੀ ਖਪਖ ਪੀਖ ਖਕ ਪਖਾਰੀ ਤੇਰੇ ਸਤਿਆ ਇਹ ਨਾਂ ਆਖਿਨ ਆਨੰਦ ਸੁਨੋ ਵਿਭਾਗਿਓ ਜਾਤ ਕਾ ਗਰਵ ਨਾ ਕਰਿਓ ਹੋਮੇ ਮਾਇਆ ਮੋਹ ਖੁਆਇ ਮੇਰੀ ਪੱਟੀਆਂ ਲਿਖੈ ਠੀਕ ਆ ਇਹਦੇ ਵਿੱਚ ਨੇ ਕੁਐਸਚਨਸ ਹੰਪੀ ਖਪਖ ਖਾਰੀ ਸ਼ਬਦ ਕਿਸ ਲਈ ਵਰਤੇ ਗਏ ਨੇ ਆਪਣੇ ਆਪ ਲਈ ਮਨੁੱਖ ਦੇ ਲਈ ਹੋਮੇ ਮਾਇਆ ਮੋਹ ਖੁਆਇ ਕਿਸ ਗੁਰੂ ਸੇਵਨ ਦੀ ਰਚਨਾ ਗੁਰੂ ਅਮਰਦਾਸ ਜੀ ਦੀ ਅੱਗੇ ਗੁਰੂ ਜੀ ਦੇ ਅਨਸਾਰ ਸਤਿਏ ਕਿਨਾਂ ਨੂੰ ਕਿਹਾ ਜਾ ਸਕਦਾ ਜੋ ਜਿਉਂਦੇ ਜੀ ਆਪਣੇ ਪਤੀ ਦੇ ਸੁੱਖ-ਦੁੱਖ ਦੇ ਵਿੱਚ ਸਾਥ ਦਿੰਦੀਆਂ ਨੇ ਦੁੱਖ ਰੋਗ ਸੰਤਾਪ ਪੁੱਤਰ ਸੋਣੀ ਸੱਚੀ ਬਾਣੀ ਸੱਚੀ ਬਾਣੀ ਗੁਰੂ ਅਮਰਦਾਸ ਦੇ ਅਨਸਾਰ ਜਾਤ ਦਾ ਗਰਵਣਾ ਕਰੇ ਅਨਸਾਰ ਕਿਨੇ ਤੱਤਾਂ ਤੋਂ ਮਿਲ ਕੇ ਬਣਿਆ ਪੰਜ ਤੱਤਾਂ ਤੋਂ ਮੇਰੀ ਪੱਟਿਆ ਲਿਖਿਆ ਸ਼ਲੋਕ ਵਿੱਚ ਪਹਿਰਲਾਦ ਦੀ ਮਾਂ ਕਿਸ ਦਾ ਨਾਮ ਛੱਡ ਕੇ ਉਹਨੂੰ ਆਪਣੀ ਜਾਨ ਬਚਾਉਣ ਲਈ ਕਹਿੰਦੀ ਹੈ ਰਾਮ ਦਾ ਨਾਮ ਠੀਕ ਹੈ ਮੇਰੀ ਪੱਟਿਆ ਲਿਖਿਆ ਸ਼ਲੋਕ ਵਿੱਚ ਕੌਣ ਹਰਨਕਸ਼ ਕੋਲੋਂ ਜਾ ਕੇ ਪਹਿਰਲਾਦ ਦੀ ਸ਼ਿਕਾਇਤ ਕਰਦਾ ਤਾਂ ਹਰਨਕਸ਼ ਦੇ ਕੋਲ ਜਾ ਕੇ ਸੰਡ ਤੇ ਅਮਰਕ ਅਮਰਕ ਮੇਰੀ ਪੱਟ ਲਿਖ ਸਰ ਲੋਕ ਵਿੱਚ ਪਹਿਰਲਾਦ ਨੂੰ ਕੌਣ ਬਚਾਉਂਦਾ ਨਰਸਿੰਘ ਦੇ ਰੂਪ ਦੇ ਵਿੱਚ ਪਰਮਾਤਮਾ ਮੇਰੀ ਪੱਟੀਆਂ ਲਿਖਾ ਠੀਕ ਹੈ ਤੇ ਇਸ ਦੇ ਵਿੱਚ ਹੋਰ ਕੁਝ ਕੁਐਸਚਨਸ ਨੇ ਜਿਵੇਂ ਪਰਮਾਤਮਾ ਨੇ ਪਹਿਰਲਾਦ ਦੀਆਂ ਕਿੰਨੀਆਂ ਕੁਲਾਂ ਤਾਰੀਆਂ ਨੇ 21 ਠੀਕ ਹੈ ਤੇ ਉਸ ਤੋਂ ਇਲਾਵਾ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਸਾਈਵਾਨ ਹੋਏ ਨੇ ਤਾਂ ਇਹਨਾਂ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਆ 17 ਰਾਗਾਂ ਦੇ ਵਿੱਚ ਅੱਗੇ ਗੁਰੂ ਅਮਰਦਾਸ ਜੀ ਠੀਕ ਹੈ ਇਹਨਾਂ ਬਾਰੇ 8 12 ਲਿਖਿਆ ਨੇ ਇਹਨਾਂ ਨੇ ਚੌਥੇ ਗੁਰੂ ਸਾਹਿਬਾ ਉਹਨੇ ਤਾਂ ਪਹਿਲਾਂ ਨਾਲ ਸੀ ਭਾਈ ਜੈਠਾ ਜੀ ਹਾਂਜੀ ਹਉ ਪੰਥ ਦਸਾਈ ਨਿਤ ਖੜੀ ਵਿੱਚ ਸ਼ਲੋਕ ਸਬਦ ਜਗ ਜੀਵਨ ਜਗ ਆਪ ਹੈ 70 ਵਿੱਚ ਕਿਹਨੂੰ ਸੰਬੋਧਨਾ ਪਰਮਾਤਮਾ ਨੂੰ ਜਿਸ ਅੰਦਰ ਤਾਤ ਪ੍ਰਾਈਸ ਲੋਕ ਕਿਸ ਗੁਰੂ ਅਮਰਦਾਸ ਜੀ ਇਹ ਇਕ ਰਾਲੂ ਮਨੁੱਖ ਬਾਰੇ ਕੀ ਕਹਿੰਦੇ ਨੇ ਕਿ ਉਸ ਦਾ ਕਦੇ ਭਲਾ ਨਹੀਂ ਹੁੰਦਾ ਤੇ ਗੁਰੂ ਰਾਮਦਾਸ ਜੀ ਦੀਆਂ ਕਿਹੜੇ ਕਿਹੜੇ ਰਚਨਾਵਾਂ ਨੇ ਤਾਂ ਹੋ ਪੰਥ ਦਸਾਈ ਨਿਤ ਖੜੀ ਜਿਸ ਅੰਦਰ ਤਾਤ ਪ੍ਰਾਈ ਇੱਛਾ ਪੂਰਕ ਸਰਬ ਸੁਖ ਦਾਤਾ ਇਹ ਵੀ ਗੁਰੂ ਰਾਮਦਾਸ ਜੀ ਦੀ ਹੈ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਪਤੇ ਪ੍ਰਭ ਕੀਜੇ ਕਿਰਪਾ ਨਦਾਨ ਇਹ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਨੇ ਇਹਨਾਂ ਦੇ ਵਿੱਚੋਂ ਕੁਐਸਚਨਸ ਜਿਸ ਅੰਦਰ ਤਾਤ ਪ੍ਰਾਈ ਲੋਕ ਵਿੱਚ ਜਹਾਂ ਕੋ ਵਿਜੇ ਤਹਾਂ ਕੋ ਖਾਇ 70 ਤੋਂ ਕੀ ਭਾਵ ਆ ਤਾ ਇਹਦਾ ਭਾਵਾ ਵੀ ਜਿਸ ਤਰ੍ਹਾਂ ਕੋਈ ਮਨੁੱਖ ਕਰਦਾ ਉਸੇ ਤਰ੍ਹਾਂ ਉਹਨੂੰ ਕੋਈ ਫਲਾ ਜਿਹੜਾ ਕਿ ਪ੍ਰਾਪਤ ਹੁੰਦਾ ਇੱਛਾਪੂਰਕ ਸਰਬ ਸੁਖਦਾਤਾ ਸ਼ਲੋਕ ਵਿੱਚ ਸ਼ਿਰਗੂ RAMDAS ji ਸੁਖ ਪ੍ਰਾਪਤ ਕਰਨ ਲਈ ਚੰਗੇ ਆਪਣੇ ਮਨ ਨੂੰ ਕੀ ਕਰਨ ਲਈ ਕਹਿੰਦੇ ਨੇ ਪ੍ਰਮਾਤਮਾ ਨਾਮ ਜਪਣ ਲਈ ਇੱਛਾਪੂਰਕ ਸਰਬ ਸੁਖਦਾਤਾ ਕਿਹੜੇ ਗੁਰੂ ਸਾਹਿਬਾਂ ਦੀ ਰਚਨਾ ਸ਼ਿਗੂ RAMDAS ji ਦੀ ਹਰ ਦਰਸ਼ਨ ਕੋ ਮੇਰਾ ਨਿਤ ਬਹੁਤ ਹੱfte ਸ਼ਲੋਕ ਵਿੱਚ ਗੁਰੂ RAMDAS ji ਦੀ ਪ੍ਰਮਾਤਮਾ ਦੀ ਗੱਲ ਦੱਸਣ ਵਾਲੇ ਕਿਹੜਾ ਰਿਸ਼ਤਾ ਜੋੜਦੇ ਨੇ ਭਰਾ ਦਾ ਪ੍ਰਭ ਕੀ ਜੇ ਕਿਰਪਾ ਅੰਦਾਜ਼ ਸ਼ਲੋਕ ਵਿੱਚ ਗੁਰੂ RAMDAS ji ਪ੍ਰਭੂ ਤੋਂ ਕੀ ਮੰਗਦੇ ਨੇ ਆਪਣੇ ਗੱਲ ਲਾਉਣ ਦੀ ਮਿਹਰ ਹੰ ਵਾਰਿਕ ਮੁਗਦ ਬਿਆਨ ਪਿਤਾ ਸਮਝਾਏਗੇ ਠੀਕ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗਾਂ ਦੇ ਵਿੱਚ ਹੈ ਦਰਜ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ 29 ਰਾਗਾਂ ਦੇ ਵਿੱਚ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੇ ਵਿੱਚ ਤੇ ਤੀਜੇ ਗੁਰੂ ਸਾਹਿਬਾਨ ਦੀ 17 ਰਾਗਾਂ ਦੇ ਵਿੱਚ ਤੇ ਇਹਨਾਂ ਦੀ 29 ਰਾਗਾਂ ਦੇ ਵਿੱਚ ਹੈ ਤੇ ਕਿਤੇ ਆਪਾਂ ਨੂੰ 30 ਵੀ ਮਿਲਦਾ ਆ ਸ੍ਰੀ ਗੁਰੂ ਰਾਮਦਾਸ ਜੀ ਕਿਸੇ ਇੱਕ ਰਚਨਾ ਦਾ ਨਾਮ ਲਿਖਣਾ ਤੁਹਾਨੂੰ ਮੈਂ ਬੋਲੇ ਦਤੀਆਂ ਤੇ ਕੁਝ ਹੋਰ ਕੁਐਸਚਨਸ ਨਿੰਦਿਆ ਕਰਨ ਵਾਲੇ ਦਾ ਨਾਂ ਕੀ ਮਸ਼ਹੂਰ ਹੋ ਜਾਂਦਾ ਚੁਗਲ ਠੀਕ ਹੈ ਕਿਸ ਦਾ মুখ ਕਾਲਾ ਹੁੰਦਾ ਚੁਗਲਖੋਰ ਜਾਂ ਨਿੰਦਕ ਦਾ ਤੇ ਇਹ ਵੀ ਹੋ ਗਿਆ ਕਦੇ ਭਲਾ ਵਾਲਾ ਠੀਕ ਹੈ ਭਾਗੋ ਤੋਂ ਬਿਨਾ ਕਿਸੇ ਦਾ ਦਰਸ਼ਨ ਨਹੀਂ ਹੁੰਦਾ ਸਤਿਗੁਰ ਦੇ ਠੀਕ ਹੈ ਗੁਰੂ ਕਿੰਨਾ ਦਾ ਮਾਣ ਆਸਰਾ ਨਿਮਾਣਿਆਂ ਦਾ ਅੱਗੇ ਪੰਜਵੇਂ ਗੁਰੂ ਸਾਈਵਾਨ ਹੋਏ ਨੇ ਪੰਜਵੇਂ ਗੁਰੂ ਸਾਈਵਾਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਕਿਹੜੇ-ਕਿਹੜੇ ਨੇ ਹੁਣ ਤੁਸੀਂ ਧਿਆਨ ਦੇ ਨਾਲ ਸੁਣਨਾ ਜੋ ਕੋ ਮੁਸ਼ਕਲ ਅਤ ਬਣੀ ਦੁੱਖ ਤਦੇ ਜਾਂ ਵਿਸਰ ਜਾਵੇ ਕਿਰਤ ਕਰਮ ਕੇ ਵਿਛੜੇ 10 ਵਸਤੂ ਲੈ ਬਾਛੇ ਪਾਵੇ 10 ਵਸਤੂ ਲੈ ਪਾਛੇ ਪਾਵੇ ਪਾਛੇ ਪਾਵੇ ਕੋਈ ਬੋਲੇ RAM ਕੋਈ ਖੁਦਾਏ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾਵਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾਵਾਂ ਨੇ ਇਹ ਜਾਂ ਕੋ ਮੁਸ਼ਕਿਲਤ ਬਣੇ ਸਲੋਕ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਚਾਰ ਵਿਕਾਰਾਂ ਦਾ ਜ਼ਿਕਰ ਕੀਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈ ਕਾਮ ਕ੍ਰੋਧ ਲੋਭ ਮੋਹ ਠੀਕ ਹੈ ਤੇ ਦੁੱਖ ਤਦੇ ਕਿਉਂਕਿ ਚਾਰ ਦਸਨੇ ਨੇ ਦੁੱਖ ਤਦੇ ਜੈ ਵਿਸਰ ਜਾਵੇਂ ਸਾਰ ਪ੍ਰਮਾਤਮ ਦਾ ਨਾਮ ਜਪਣ ਵਾਲੇ ਮਨੁੱਖ ਦੇ ਅੰਦਰ ਕਿਹੜੇ ਦੁੱਖ ਦੂਰ ਹੋ ਜਾਂਦੇ ਨੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਚਿੰਤਾ ਤੇ ਹਉਮੈ ਦੂਰ ਹੋ ਜਾਂਦੇ ਨੇ ਚਿੰਤਾ ਰੋਗ ਗਈ ਗਈ ਹੋ ਪੀੜਾ ਆਪ ਕਰੇ ਡੈਸ਼ ਜਿਉ ਪ੍ਰਤੀ ਪਾਲਾ ਜਿਉ ਕਿਰਤ ਕਰਮ ਕੇ ਵਿਚਰੇ ਸਲੋਕ ਵਿੱਚ ਗੁਰੂ ਜੀ ਅਰਜਨ ਦੇਵ ਜੀ ਨੇ ਪ੍ਰਮਾਤਮਾ ਵਾਲੀ ਵੀ ਸਾਰੀ ਬੈਠੇ ਮਨੁੱਖ ਦੀ ਤੁਲਨਾ ਕਿਹੜੀਆਂ ਦੋ ਵਸਤੂਆਂ ਨਾਲ ਕੀਤੀ ਆ ਤਾਂ ਇੱਕ ਤਾਂ ਜਿਹੜੀ ਸੂਨ ਨਾ ਜੋਗ ਹੋਣ ਵਾਲੀ ਗਾਂ ਦੇ ਨਾਲ ਤੇ ਪਾਣੀ ਤੋਂ ਬਿਨਾ ਸੁੱਕ ਰਹੀ ਖੇਤੀ ਦੇ ਨਾਲ ਇਕ ਤੋਹ ਗਾਂ ਜਿਹੜੀ ਸੂ ਨਾ ਸਕਦੀ ਹੋਵੇ ਤੇ ਦੂਜਾ ਪਾਣੀ ਤੋਂ ਬਿਨਾਂ ਜਿਹੜੀ ਖੇਤੀ ਸੁੱਕਰੀ ਹੁੰਦੀ ਆ ਉਹ ਤੇ 10 ਵਸਤੂ ਲੈ ਪਾਛੇ ਪਾਵੇਂ ਗੁਰੂ ਜੀ ਨੇ ਪ੍ਰਮਾਤਮਾ ਨੂੰ ਦਿੱਤੀਆਂ ਦਾਤਾਂ ਪ੍ਰਾਪਤ ਕਰਨ ਉਪਰੰਤ ਕੀ ਕਰਨ ਦੀ ਪ੍ਰੇਰਣਾ ਦਿੱਤੀਆਂ ਦਿੱਤੀਆਂ ਹੋਈਆਂ ਦਾਤਾਂ ਲਈ ਪ੍ਰਮਾਤਮਾ ਅੱਗੇ ਸਿਰ ਝੁਕਾਉਣਾ ਕੋਈ ਬੋਲੇ ਰਾਮ ਕੋਈ ਖੁਦ ਅਨਸਾਰ ਜੀਵਾ ਪੋ ਆਪਣੇ ਧਰਮ ਅਨੁਸਾਰ ਕਿਹੜੀਆਂ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਵੇਦ ਤੇ ਪੁਰਾਣ ਕੋਈ ਬੋਲੇ ਰਾਮ ਕੋਈ ਖੁਦਾ ਸ਼ਲੋਕ ਵਿੱਚ ਜੀਵਾ ਨੇ ਆਪ ਨੂੰ ਆਪਣੇ ਧਰਮ ਅਨੁਸਾਰ ਪ੍ਰਮਾਤਮਾ ਨੂੰ ਕਿਹੜੇ-ਕਿਹੜੇ ਨਾਮ ਨਾਲ ਸੰਬੋਧਿਤ ਕਰਦੇ ਨੇ ਵੱਖ-ਵੱਖ ਨ ਕੋਈ ਬੋਲੇ ਕੋਈ ਰਾਮ ਸ਼ਲੋਕ ਦੇ ਅਨਸਾਰ ਮੁਸਲਮਾਨ ਪਰਮਾਤਮਾ ਵੱਲੋਂ ਕੀ ਮੰਗਦਾ ਤਾਂ ਮੁਸਲਮਾਨ ਮੰਗਦਾ ਬਹਿਸ਼ਤ ਮੁਸਲਮਾਨ ਕੀ ਮੰਗਦਾ ਬਹਿਸ਼ਤ ਤੇ ਹਿੰਦੂ ਪਰਮਾਤਮਾ ਕੋਲੋਂ ਕੀ ਮੰਗਦਾ ਸਵਰਗ ਕੀ ਮੰਗਦਾ ਸਵਰਗ ਹਿੰਦੂ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਹੈ ਆਪਣਾ ਕੁਐਸਚਨ ਗੁਰੂ ਅਰਜਨ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਇਹ ਤੁਹਾਨੂੰ ਮੈਂ ਬੋਲੇ ਦਿੱਤੇ ਪਹਿਲਾਂ ਜਾ ਕੋ ਮੁਸ਼ਕਲਤ ਬਣੀ ਕਿਹੜੇ ਗੁਰੂ ਸਾਹਿਬਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਣ ਜਿਵੇਂ ਸਹੀ ਗਲਤਾਂ ਵਿੱਚੋਂ ਨਾਮ ਸਿਮਰਨ ਨਾਲ ਹਉਮੈ ਦਾ ਰੋਗ ਦੂਰ ਹੋ ਜਾਂਦਾ ਤਾਂ ਸਹੀ ਆ ਇਹ ਠੀਕ ਸਭ ਤੋਂ ਵੱਧ ਸਮਰੱਥ ਵਾਲਾ ਕੌਣ ਆ ਸਤਗੁਰ ਆ ਜਦਾ ਸੁਖੀ ਕੌਣ ਰਹਿੰਦਾ ਨਾਮ ਸਿਮਰਨ ਕਰਨ ਵਾਲਾ ਉਹ ਸਦਾ ਸੁਖੀ ਰਹਿੰਦਾ ਤੇ ਚਿੰਤਾ ਰੋਗ ਇਸ ਤਰ੍ਹਾਂ ਦੂਰ ਹੋ ਸਕਦਾ ਨਾਮ ਸਿਮਰਨ ਦੇ ਨਾਲ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕੀ ਹੈ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਤੀਜੇ ਗੁਰੂ ਦੀ ਸੀ ਆਨੰਦ ਸਾਹਿਬ ਬਾਣੀ ਆਨੰਦ ਸਾਹਿਬ ਤੇ ਪਹਿਲੇ ਗੁਰੂ ਜੀ ਦੀ ਜਪਜੀ ਸਾਹਿਬ ਕੁਝ ਹੋਰ ਸਹੀ ਗਲਤ ਜਿਵੇਂ ਕਿ ਸੰਸਾਰ ਦੇ ਜੀਵਾਂ ਨੇ ਨਾ ਵਖ ਵਖ ਰੱਖੇ ਹੋਏ ਨੇ ਪ੍ਰਭੂ ਦੇ ਠੀਕ ਹੈ ਇਹ ਨਾਮ ਜਪਰ ਨਾਲ ਚਿੰਤਾ ਰੋਗ ਦੂਰ ਨਹੀਂ ਹੁੰਦਾ ਇਹ ਗਲਤ ਹੈ ਕਿਉਂਕਿ ਦੂਰ ਹੁੰਦਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੀ ਤੇ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਅੱਗੇ ਭਾਈ ਗੁਰਦਾਸ ਜੀ ਦੇ ਭਾਈ ਗੁਰਦਾਸ ਜੀ ਦੇ ਰਚਨਾਵਾਂ ਕਿਹੜੇ ਕਾਵ ਰੂਪ ਦੇ ਵਿੱਚ ਨੇ ਤਾਂ 12 ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਕਿਹੜੇ ਕਾਵ ਰੂਪ ਦੇ ਵਿੱਚ ਸ਼ਾਮਲ ਨੇ ਤੁਹਾਡੀ ਪਾਠ ਪੁਸਤਕ ਦੇ ਵਿੱਚ 12 ਦੇ ਵਿੱਚ 39 12 ਦੀ ਰਚਨਾ ਕੀਤੀ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੇਖਣ ਦਾ ਕੰਮ ਕਿਹਨੇ ਕੀਤਾ ਸੀ ਭ ਤੇ ਭਾਈ ਗੁਰਦਾਸ ਜੀ ਦੀ ਬਾਾਰ ਜਹੀ ਸੰਗਤ ਅਹਾ ਫਲ ਅਨੁਸਾਰ ਹੇਠ ਲਿਖੇ ਸ਼ਬਦਾਂ ਵਿੱਚ ਆਪਾਂ ਨੇ ਸਹੀ ਫਿਲ ਕਰਨਾ ਤਾਂਬਾ ਕਲੀ ਨਾਲ ਮਿਲ ਕੇ ਕੀ ਬਣ ਜਾਂਦਾ ਕਹ ਹੋ ਜਾਂਦਾ ਤੇ ਤਾਂਬਾ ਜਿਸ ਨਾਲ ਮਿਲ ਕੇ ਪਿੱਤਲ ਹੋ ਜਾਂਦਾ ਕਲੀ ਵਾਲਾ ਤਾਂਬਾ ਸਿੱਕੇ ਨਾਲ ਮਿਲ ਕੇ ਭਰਤ ਦਾ ਬਣ ਜਾਂਦਾ ਤੇ ਤਾਂਬਾ ਪਾਰਸ ਨਾਲ ਮਿਲ ਕੇ ਸੋਨਾ ਬਣ ਜਾਂਦਾ ਤੇ ਲਾਜਾਂ ਲੱਜਾ ਕੱਜਣ ਵਾਲਾ ਬਾਾਰ ਵਿੱਚ ਗਰੀਬ ਵੀ ਤੇ ਨੀਵੇਂ ਹੋ ਕੇ ਚੱਲਣ ਦੀ ਵਡਿਆਈ ਦੀ ਤੁਲਨਾ ਕਿਦਾਂ ਨਾਲ ਕੀਤੀ ਹੈ ਬੜੇ ਮੇਦੇ ਨਾਲ ਕਿਦਾਂ ਨਾਲ ਕੀਤੀ ਹੈ ਬੜੇ ਮੇਦੇ ਨਾਲ ਤੇ ਭਾਈ ਗੁਰਦਾਸ ਜੀ ਨੇ ਨਿਮਰਤਾ ਦਾ ਗੁਣ ਧਾਰਨ ਨਿਮਰਤਾ ਦਾ ਗੁਣਵਾਰ ਵਿੱਚ ਨਿਮਰਤਾ ਲਈ ਕਿਸ ਦੀ ਉਦਾਹਰਣ ਦਿੱਤੀ ਹੈ ਰੁੱਖ ਪਾਣੀ ਧਰਤੀ ਪੈਰਾਂ ਦੀ ਸੱਚ ਅਤੇ ਕੂੜ ਇਹਨਾਂ ਦੇ ਵਿੱਚੋਂ ਫਿਲ ਕਰਨਾ ਸੱਚ ਅਤੇ ਕੂੜ ਦੇ ਅਨੁਸਾਰ ਇਹਦੇ ਵਿੱਚੋਂ ਕੂੜ ਕਪਟ ਕਰਕੇ ਮਨੁੱਖ ਹਮੇਸ਼ਾ ਰੋਗੀ ਰਹਿੰਦਾ ਸੱਚ ਬੋਲਣ ਵਾਲਾ ਮਨੁੱਖ ਹਮੇਸ਼ਾ ਰਾਜੀ ਵਾਜੀ ਰਹਿੰਦਾ ਠੀਕ ਹੈ ਇਸ ਤੋਂ ਇਲਾਵਾ ਰਚਨਾਵਾਂ ਕਿਹੜੀਆਂ ਕਿਹੜੀਆਂ ਨੇ ਜਿਹੀ ਸੰਗਤ ਤਿਹਾਂ ਫਲ ਲੱਜਾ ਕੱਜਣ ਵਾਲੇ ਨਿਮਰਤਾ ਦਾ ਗੁਣ ਸੱਚ ਅਤੇ ਕੂੜ ਨਿੰਦਕ ਆਪਣੀ ਜੜ ਆਪ ਪੁੱਟਦਾ ਮਾਪਿਆਂ ਨੂੰ ਛੱਡ ਕੇ ਕੋਈ ਧਰਮ ਕਰਮ ਧਰਮ ਸਫਲਾ ਨਹੀਂ ਇਹ ਸਾਰੇ ਜਿਹੜੇ ਕਿ ਕਿਨਾਂ ਦੇ ਨੇ ਭਾਈ ਗੁਰਦਾਸ ਜੀ ਦੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਕੁਐਸਚਨਸ ਕੁਝ ਇੰਪੋਰਟੈਂਟ ਭਾਈ ਗੁਰਦਾਸ ਜੀ ਨੇ ਲੱਜਾਂ ਕੱਜਣ ਵਾਲਾ ਕਿਹਨੂੰ ਕਿਹਾ ਬੜੇਵੇਂ ਨੂੰ ਤੇ ਬੜੇਵੇਂ ਕਿਸ ਤਰ੍ਹਾਂ ਸਰੀਰ ਨੂੰ ਢੱਕਦੇ ਨੇ ਆਪਣਾ ਗਵਾਕੇ ਆਪਾ ਗਵਾਕੇ ਤੇ ਬੜੇਵੇਂ ਤੋਂ ਕਿਹੜਾ ਬੂਟਾ ਪੈਦਾ ਹੁੰਦਾ ਬੜੇਵੇਂ ਤੋਂ ਕਪਾਹ ਦਾ ਬੜੇਵੇਂ ਤੋਂ ਕਿਹੜਾ ਬੂਟਾ ਕਪਾਹ ਦਾ ਪਾਣੀ ਕਿੱਧਰ ਨੂੰ ਵਹਿੰਦਾ ਹਮੇਸ਼ਾ ਨੀਵੇਂ ਪਾਸੇ ਨੂੰ ਪਾਣੀ ਕਿੱਧਰ ਨੂੰ ਵਹਿੰਦਾ ਨੀਵੇਂ ਪਾਸੇ ਨੂੰ ਜਿਸ ਕਰਕੇ ਮਨੁੱਖ ਨੂੰ ਵੀ ਨਿਮਰਤਾ ਧਾਰਨ ਕਰਨੀ ਚਾਹੀਦੀ ਆ ਤੇ ਸਭ ਤੋਂ ਨੀਮਾ ਕੌਣ ਆ ਧਰਤੀ ਠੀਕ ਹੈ ਤੇ ਉੱਚਾ ਸਿਰ ਕਿੰਨਾ ਦੇ ਪੈ ਰਹੀ ਪੈਂਦਾ ਗੁਰਸਿੱਖਾਂ ਦੇ ਤੇ ਕੌਣ ਚਰਨ ਧੂੜੀ ਲੈ ਸਕਦਾ ਕੋਈ ਬਟਪਾਗੀ ਕੂੜ ਝੂਠ ਕਿਸ ਦਾ ਤਿਹਾਰ ਹੁੰਦਾ ਤੋਖੇ ਦਾ ਝੂਠ ਤੇ ਕੂੜ ਕਿਸ ਦਾ ਤਿਹਾਰ ਹੋ ਗਿਆ ਝੂਠ ਭਾਵ ਕੀ ਤੋਖੇ ਦਾ ਠੀਕ ਹੈ ਤੇ ਬਾਕੀ ਮੈਂ ਉਹਨਾਂ 31 ਵਾਰ ਤੁਹਾਨੂੰ ਦੱਸੇ ਦਿੱਤੀਆਂ 39 ਵਾਰ ਰਚੀਆਂ ਨੇ ਤੇ ਭਾਈ ਗੁਰਦਾਸ ਜੀ ਜਿਹੜੇ ਕਿ 12 ਸ਼ਾਮਲ ਨੇ ਤੁਹਾਡੀ ਪਾਠ ਪੁਸਤਕ ਦੇ ਵਿੱਚ ਤਾਂ ਨੈਕਸਟ ਆਪਾਂ ਦੇਖਦੇ ਆਂ ਕੌਣ ਪ੍ਰਾਈ ਨਿੰਦਿਆਂ ਦੀ ਆਤ ਨਹੀਂ ਛੱਡਦਾ ਨਿੰਦਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹਨਾਂ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਆ 13 ਰਾਗਾਂ ਦੇ ਵਿੱਚ ਤੇ ਜਿਹੜੇ ਕਿ 57 ਸ਼ਬਦ ਸਲੋਕ ਨੇ 57 ਸਲੋਕ 59 ਸ਼ਬਦ 59 ਸ਼ਬਦ 57 ਸਲੋਕਾਂ ਦੀ ਰਚਨਾ ਕੀਤੀ ਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਜਿਸ ਕਰਕੇ ਇਹਨਾਂ ਨੂੰ ਹਿੰਦੀ ਚਾਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਮੁੱਢਲ ਨਾ ਸੀ ਤਿਆਗਮਲ ਤੇ ਨੌਵੇਂ ਪਾਛੇ ਹੋਏ ਨੇ ਕਿਹੜੇ ਸਤਕਾਰ ਵੱਲੋਂ ਹਿੰਦੀ ਚਾਦਰ ਸਾਧੋ ਓ ਮਨ ਕਾ ਮਨ ਤਿਆਗੋ ਅਨਸਾਰ ਗੁਰੂ ਜੀ ਦੇ ਕਿਹੜੀਆਂ ਬੁਰਾਈਆਂ ਤਿਆਗਾਂ ਦੀ ਪ੍ਰੇਰਨਾ ਦਿੱਤੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਠੀਕ ਹੈ ਇਹ ਤਿਆਗ ਕਰਨ ਲਈ ਕਿਹਾ ਤੇ ਆਦਰ ਨਿਰਾਦਰ ਖੁਸ਼ ਆਮਦ ਨਿੰਦਿਆ ਦੁੱਖ ਸੁੱਖ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦਿੱਤੀ ਆ ਅੱਗੇ ਹੈ ਸਾਧੂ ਮਨ ਕਾ ਮਾਨਤਾ ਅਨੁਸਾਰ ਕਿਹੜੀ ਬ੍ਰਹਮਤਿਆਗ ਕੇ ਨਿਰਵਾਣ ਉੱਚ ਪਦਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਉਸ ਤਰਤੇ ਨਿੰਦਿਆ त्याग ਕੇ ਅੱਗੇ ਇਹ ਜਗਮੀਤ ਨਾ ਦੇਖੋ ਕੋਈ ਇੇਠਾਂ ਕਿਹੜੇ ਗੁਰੂ ਸਾਹਿਬਾਂ ਦੀ ਰਚਨਾ ਗੁਰਤੇਗ ਬਹਾਦਰ ਜੀ ਦੀ ਤੇ ਬਾਕੀ ਰਚਨਾਵਾਂ ਵੀ ਸਾਧੂ ਮਨ ਕਾ ਮਾਨਤਾ ਅਗੋਂ ਇਹ ਜਗਮੀਤ ਨਾ ਦੇਖੋ ਕੋਈ ਠੀਕ ਹੈ ਇਹ ਨੇ ਸ਼ਬਦ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਕਿਹੜੇ ਰਿਸ਼ਤੇ ਨੂੰ ਵਿਅਰਥ ਦੱਸਿਆ ਗਰੀਬ ਕਿਹੜੇ ਕਿਹੜੇ ਰਿਸ਼ਤੇ ਨੂੰ ਵਿਅਰਥ ਦੱਸਿਆ ਤਾਂ ਇਹ ਨੇ ਵਿਅਰਥ ਰਸ ਰਿਸ਼ਤੇ ਇਸਤਰੀ ਮਿੱਤਰ ਮੁ ਪੁੱਤਰ ਤੇ ਰਿਸ਼ਤੇਦਾਰ ਇਸਤਰੀ ਮਿੱਤਰ ਪੁੱਤਰ ਤੇ ਰਿਸ਼ਤੇਦਾਰ ਇਹ ਸਾਰੇ ਵਿਰਥ ਦੇ ਰਿਸ਼ਤੇ ਨੇ ਦਿਨਨਾਥ ਤੋਂ ਕੀ ਭਾਵ ਹੈ ਦਿਨਨਾਥ ਤੋਂ ਭਾਵ ਹੈ ਗਰੀਬਾਂ ਦਾ ਮਾਲਕ ਤੇ ਸਹਾਰਾ ਗਰੀਬਾਂ ਦਾ ਮਾਲਕ ਤੇ ਸਹਾਰਾ ਸਹਾਰਾ ਥੈਂਕਸ